ਪੰਜਾਬ ਦੀ ਜਿਹੜੀ ਲੋਕਾਂ ਦੀ ਤਾਰੀਖ ਹੈ, ਅਸੀਂ ਉਹਦੇ 'ਤੇ ਗੱਲ ਕਰ ਰਹੇ ਹਾਂ ਅਤੇ ਉਹਦਾ ਹੁਣ ਨਤੀਜਾ ਜਿਹੜਾ ਹਿੱਸਾ ਹੈ ਉਹਦੇ 'ਤੇ, ਇਸ ਤੋਂ ਪਹਿਲਾਂ ਅਸੀਂ ਜਿਹੜੇ ਗੱਲ ਕੀਤੀ ਹੈ ਉਹ ਬੜੀ ਮੋਟੀ ਮੋਟੀ ਗੱਲ ਹੁੰਦੀ ਰਹੀ ਹੈ, ਪੰਜਾਬ ਹਿੰਦੁਸਤਾਨ ਹੀ ਹੀ ਕੰਸੀਡਰ ਕਰ, ਜਾਂ ਹਿੰਦੁਸਤਾਨ ਨੂੰ ਪੰਜਾਬ ਹੀ ਸਮਝਿਆ ਜਾਏਗਾ, ਅਤੇ ਹੁਣ ਉਹਦੇ 'ਤੇ ਜਿਹੜਾ ਨਵਾਂ ਐਵੀਡੈਂਸ ਆ ਰਿਹਾ ਜੋ ਕਿ DNA ਦੇ ਹਵਾਲੇ ਨਾਲ ਹੈ ਔਰ ਉਹਦੀ ਤਾਰੀਖ ਜਿਹੜੀ ਹੈ ਉਹ ਕੀ ਸਾਹਮਣੇ ਹੁਣ ਆ ਰਹੀ ਹੈ, ਉਹਦੇ 'ਤੇ ਅਸੀਂ ਮੋਟੀ ਮੋਟੀ ਗੱਲ ਤਾਂ ਕਰ ਲਈ ਸੀ, ਲੇਕਿਨ ਹੁਣ ਅਸੀਂ ਉਹਨੂੰ ਅੰਦਰੋਂ ਫਰੋਲਾਂਗੇ ਮਜ਼ੀਦ। ਅਤੇ ਅੱਜ ਜਿਹੜਾ ਅਸੀਂ ਪ੍ਰੋਗਰਾਮ ਕਰਨਾ ਉਸੀ ਕਰਨਾ ਆਰੀਅਨਸ ਦੀ ਇਨਵੇਜ਼ਨ 'ਤੇ। ਆ ਮਤਲਬ ਆਰੀਆ ਜਦੋਂ ਆਏ ਜਦੋਂ ਆਏ, ਮੈਂ ਇਨਵੇਜ਼ਨ ਇਸ ਲਈ ਮੈਂ ਕਹਿਣ ਲੱਗਾ ਸਾਂ ਕਿ ਇਹ ਜਿਹੜੀ ਅੰਡਰਸਟੈਂਡਿੰਗ ਹੈ ਜੋ ਪੜ੍ਹਿਆ ਗਿਆ ਸੀ, ਇਹ ਸਮਝ ਆਇਆ ਅੱਜ ਤੱਕ ਆਇਆ ਹੋਇਆ ਕਿ ਪਤਾ ਨਹੀਂ ਉਹ ਆਏ ਔਰ ਉਹਨੇ ਅਟੈਕ ਕੀਤਾ, ਉਹਨਾਂ ਨੇ ਹਮਲਾ ਕੀਤਾ ਔਰ ਉੱਥੇ ਆ ਕੇ ਇਹਨਾਂ ਨੇ ਕਬਜ਼ਾ ਕਰ ਲਿਆ। ਹੁਣ ਉਹਦੇ 'ਤੇ ਇਹ ਗੱਲ ਨਹੀਂ ਹੋਈ ਕਿ ਜਿਸ ਇਲਾਕੇ 'ਤੇ ਜਾਂ ਕਹਿ ਲਓ ਕਿ ਹੜੱਪਾ 'ਤੇ ਕਬਜ਼ਾ ਕੀਤਾ, ਅਤੇ ਹੜੱਪਾ ਦੀ ਆਪਣੀ ਰਹਿਤਲ ਕੀ ਸੀ, ਉੱਥੇ ਹੋ ਕੀ ਰਿਹਾ ਸੀ, ਉਹ ਕਿਤਨੀ ਐਡਵਾਂਸ ਸੁਸਾਇਟੀ ਸੀ ਜਾਂ ਨਹੀਂ ਸੀ, ਕਿਤਨੀ ਪ੍ਰਿਮਿਟਿਵ ਸੀ ਜਾਂ ਨਹੀਂ ਸੀ, ਬਿਲਕੁਲ ਦੋਨਾਂ ਦਾ ਫਰਕ ਕੀ ਹੈਗਾ, ਔਰ ਕਿਆ ਅਗਰ ਹਮਲਾ ਵੀ ਹੋਇਆ ਹੈ ਤਾਂ ਫਿਰ ਕਿਆ ਉਹਨਾਂ ਦਾ ਕੋਈ ਵਿੱਚ ਕੋਈ ਕਲੈਸ਼ ਹੋਇਆ ਜਾਂ ਨਹੀਂ ਹੋਇਆ। ਲੇਕਿਨ ਪਹਿਲੇ ਆਰੀਆਂ 'ਤੇ ਹਾਂ ਆਉਣ 'ਤੇ ਗੱਲ ਕਰ ਲਈਏ। ਪਹਿਲੇ ਤਾਂ ਇਹ ਹੈ ਨਾ ਕਿ ਵੀ ਜਿਹੜਾ ਆਮ ਬੰਦਾ ਹੈ, ਹਾਂ, ਉਹ ਜਦੋਂ ਆਰੀਆਵਾਂ ਦੀ ਆਉਣ ਦੀ ਜਾਂ ਹਮਲੇ ਦੀ ਗੱਲ ਕਰਦਾ ਹੈ ਨਾ, ਤਾਂ ਉਹਦੇ ਜ਼ਿਹਨ ਵਿੱਚ ਇਵੇਂ ਆਉਂਦਾ ਜਿਵੇਂ ਮੁਗਲ ਆਏ, ਜਿਵੇਂ ਮਹਿਮੂਦ ਗਜ਼ਨਵੀ ਆਇਆ, ਜਾਂ ਜਿਵੇਂ ਬਾਅਦ 'ਚ ਅੰਗਰੇਜ਼ ਆਏ, ਉਹ ਆਏ ਉਹਨਾਂ ਨੇ ਆ ਕੇ ਪੂਰੇ ਸਿਸਟਮ 'ਤੇ ਕਬਜ਼ਾ ਕਰ ਲਿਆ ਅਤੇ ਆਪਣਾ ਉਹ ਕਾਬਜ਼ ਹੋ ਗਏ ਅਤੇ ਉਹਨਾਂ ਨੇ ਹੁਕੂਮਤ ਚਲਾਉਣੀ ਸ਼ੁਰੂ ਕਰ ਦਿੱਤੀ। ਠੀਕ ਹੈ, ਅਤੇ ਅਸੀਂ ਉਸ ਵੇਲੇ ਦੀ ਗੱਲ ਕਰ ਰਹੇ ਹਾਂ, ਆਰੀਆ ਉਸ ਵੇਲੇ ਆਏ ਨੇ ਜਿਸ ਵੇਲੇ ਕਿ ਅਜੇ ਇਸ ਤਰ੍ਹਾਂ ਦਾ ਸਿਸਟਮ ਬਣਿਆ ਨਹੀਂ ਸੀ, ਅਜੇ ਇਸ ਤਰ੍ਹਾਂ ਦੀਆਂ ਅਜੇ ਸੁਸਾਇਟੀਆਂ ਜਿਹੜੀਆਂ ਸਨ ਉਹ ਖਿਲਰੀਆਂ ਫੁੱਲ ਰਹੀਆਂ ਸਨ, ਅਤੇ ਆਰੀਆ ਜਿਹੜੇ ਸਨ ਉਹ ਕਬਾਇਲੀ ਲੋਕ ਸਨ। ਠੀਕ ਹੈ, ਕੋਈ ਸਟੇਟ ਦਾ ਕਨਸੈਪਟ ਨਹੀਂ ਸੀ, ਅਜੇ ਨਹੀਂ ਸੀ, ਅਜੇ ਘੱਟੋ ਘੱਟ ਜਿਹੜੇ ਆਰੀਆ ਸਨ ਉਹਨਾਂ ਵਿੱਚ ਨਹੀਂ ਸੀ ਹੈਗਾ। ਠੀਕ ਹੈ, ਲੋਕਲ ਲੋਕਾਂ 'ਚ ਆਇਆ ਸੀ ਕਿ ਨਹੀਂ ਸੀ ਹੈਗਾ, ਉਹ 'ਤੇ ਅਸੀਂ ਗੱਲ ਕਰਾਂਗੇ। ਠੀਕ ਹੈ ਜੀ, ਸੋ ਪਹਿਲੀ ਗੱਲ ਤਾਂ ਇਹ ਹੈ ਕਿ ਆਰੀਆ ਕੌਣ ਲੋਕ ਸਨ। ਆਰੀਆ ਜਿਹੜੇ ਨੇ ਉਹ ਸੈਂਟਰਲ ਏਸ਼ੀਆ ਦੇ ਕਬੀਲੇ ਸਨ, ਜਿਨ੍ਹਾਂ ਦੇ ਵਿੱਚੋਂ ਦੋ ਗਰੁੱਪ ਬਣੇ, ਇੱਕ ਗਰੁੱਪ ਜਿਹੜਾ ਉਹ ਯੂਰਪ ਵੱਲ ਚਲਾ ਗਿਆ ਔਰ ਦੂਸਰਾ ਗਰੁੱਪ ਜਿਹੜਾ ਉਹ ਪੰਜਾਬ ਵੱਲ ਆ ਗਿਆ। ਠੀਕ ਹੈ ਜੀ, ਉਹਨਾਂ ਦੀ ਹਿਜਰਤ ਉੱਥੋਂ ਕਿਉਂ ਹੋਈ, ਉਹਨਾਂ ਨੇ ਕਿਉਂ ਉੱਥੋਂ ਮਾਈਗ੍ਰੇਸ਼ਨ ਕੀਤੀ, ਇਹਦੀ ਵਜ੍ਹਾ ਲੋਕਾਂ ਨੂੰ ਅਜੇ ਤੱਕ ਕੋਈ ਖਾਸ ਇਹਦੇ 'ਤੇ ਸਬੂਤ ਜਾਂ ਕਾਰਡ ਨਹੀਂ ਮਿਲ ਸਕੀ, ਲੇਕਿਨ ਇਹ ਕਿਹਾ ਜਾਂਦਾ ਹੈ ਕਿ ਉਹਦੀ ਬੁਨਿਆਦੀ ਜਿਹਦੀ ਵਜ੍ਹਾ ਤੋਂ ਉਹ ਆਸਾਨ ਹੋਈ ਉਹਨਾਂ ਦੀ ਉੱਥੋਂ ਮਾਈਗ੍ਰੇਸ਼ਨ, ਉਹ ਇਹ ਵਜ੍ਹਾ ਸੀ ਕਿ ਇੱਕ ਤਾਂ ਉਹਨਾਂ ਨੇ ਘੋੜੇ ਨੂੰ ਡੋਮੈਸਟੀਕੇਟ ਕਰ ਲਿਆ। ਠੀਕ ਹੈ, ਕਿਉਂਕਿ ਯੂਰਪ ਦੇ ਵਿੱਚ ਔਰ ਪੰਜਾਬ ਦੇ ਵਿੱਚ ਘੋੜਾ ਨਹੀਂ ਸੀ ਹੈਗਾ। ਦੂਜੀ, ਉਹਨਾਂ ਨੇ ਜਿਹੜੀਆਂ ਪਹੀਆਂ ਵਾਲੀਆਂ ਸਪੂਕਡ ਪਹੀਆਂ ਵਾਲੀਆਂ ਬਾਹੀਆਂ ਪਹੀਆਂ ਵਾਲੀਆਂ ਜਿਹੜੀਆਂ ਰੱਥ ਨੇ ਉਹ ਉਹਨਾਂ ਨੇ ਬਣਾ ਲਈਆਂ, ਲਿਹਾਜ਼ਾ ਉਹ ਬਹੁਤ ਫਾਸਟ ਮੂਵ ਕਰ ਸਕਦੇ ਸਨ, ਔਰ ਇਹਦੀ ਵਜ੍ਹਾ ਤੋਂ ਉਹਨਾਂ ਨੇ, ਅਸੀਂ ਮੋਟੀ ਜਿਹੀ ਗੱਲ ਇਹ ਹਿਸਟੋਰੀਅਨ ਮੰਨਦੇ ਨੇ ਕਿ ਮੋਟੀ ਜਿਹੀ ਗੱਲ ਇਹ ਹੈ ਕਿ ਉਹ ਜਦੋਂ ਪੰਜਾਬ ਆਏ ਜਾਂ ਉਹ ਯੂਰਪ ਆਏ ਤਾਂ ਉਹਨਾਂ ਦੀ ਇਸ ਵਾਧੇ ਦੀ ਵਜ੍ਹਾ ਤੋਂ ਲੋਕਲ ਲੋਕ ਉਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਠੀਕ ਹੈ ਜੀ, ਇਹ ਗੱਲ ਜਿਹੜੀ ਹੈ ਇਹ ਪੱਕੀ ਹੋ ਗਈ। ਅੱਛਾ, ਹੁਣ ਪਹਿਲੀ ਜਿਹੜੀ ਗੱਲ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਲੇਕਿਨ ਅੱਜ ਫਿਰ ਥੋੜ੍ਹੀ ਜਿਹੀ ਨਿਖੇੜ ਦਈਏ ਕਿ ਇਹ ਜਿਹੜੀ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਬਹਿਸ ਚੱਲੀ ਆ, ਖਾਸ ਤੌਰ 'ਤੇ ਹਿੰਦਾਵਤਾ ਵਾਲੇ ਜਿਹੜੇ ਨੇ ਮੋਦੀ ਔਰ BJP ਔਰ RSS ਜਿਹੜੀ ਹੈ ਉਹ ਇਹ ਸਾਬਤ ਕਰਨ 'ਤੇ ਤੁਲੀ ਹੋਈ ਹੈ ਕਿ ਜੀ ਇਹ ਸਾਰੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਹਿੰਦੂ ਉਹ ਸਾਰੇ ਇੱਥੋਂ ਦੇ ਹੀ ਸਨ ਔਰ ਕੋਈ ਹੜੱਪਾ ਤਹਿਜ਼ੀਬ ਦੇ ਲੋਕ ਜਿਹੜੇ ਨੇ ਉਹ ਕੋਈ ਖਾਸ ਬੰਦੇ ਨਹੀਂ ਸਨ, ਉਹ ਕੋਈ ਵੱਖਰੇ ਲੋਕ ਨਹੀਂ ਸਨ। ਇਹ ਗੱਲ ਜਿਹੜੀ ਹੈ, ਇਹ ਗੱਲ ਜਿਹੜੀ DNA ਦੀ ਕਾਢ ਹੈ ਉਹਦੇ ਨਾਲ ਬਿਲਕੁਲ ਗਲਤ ਸਾਬਤ ਹੋ ਚੁੱਕੀ ਹੈ। ਔਰ ਜਿਹੜੀ ਇਸ ਸਪਤੰਬਰ ਦੇ ਵਿੱਚ ਇਸੇ ਸਾਲ ਹੀ ਪਿਛਲੇ ਦੋ ਮਹੀਨਿਆਂ ਦੇ ਵਿੱਚ ਹੀ ਇੱਕ ਰਿਸਰਚ ਆਈ ਹੈ ਜਿਹੜੀ ਕਿ ਰਾਖੀਗੜ੍ਹੀ ਤੋਂ ਜਿਹੜੀ ਆਪਣਾ ਹਿੰਦੁਸਤਾਨ ਦੇ ਵਿੱਚ ਹੈ, ਹਰਿਆਣਾ ਸਟੇਟ ਦੇ ਵਿੱਚ, ਉਹ ਵੀ ਇੱਕ ਹੜੱਪਾ ਸਿਵਿਲਾਈਜੇਸ਼ਨ ਦੀ ਸਾਈਟ ਹੈ, ਉੱਥੋਂ ਇੱਕ ਔਰਤ ਦਾ ਉਹਨਾਂ ਨੂੰ ਜਿਹੜੀ ਆ ਉਹ ਲਾਸ਼ ਲੱਭੀ ਹੈ ਪੁਰਾਣੀ, ਔਰ ਉਹਦਾ ਜਿਹੜਾ DNA ਉਹਨਾਂ ਨੇ ਕੀਤਾ ਹੈ, ਉਸ DNA ਨੇ ਇਹ ਸਾਬਤ ਕੀਤਾ ਹੈ ਕਿ ਉਹ ਜਿਹੜੇ ਲੋਕ ਸਨ, ਜਿਹੜੇ ਹੜੱਪਾ ਦੇ ਲੋਕ ਸਨ, ਉਹਨਾਂ ਦਾ ਜਿਹੜਾ DNA ਹੈ ਉਹ ਨਾ ਤਾਂ ਯੂਰਪੀਅਨਸ ਔਰ ਸੈਂਟਰਲ ਏਸ਼ੀਅਨਸ ਨਾਲ ਮਿਲਦਾ ਔਰ ਨਾ ਹੀ ਇਰਾਨੀਆਂ ਨਾਲ ਮਿਲਦਾ।
ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਤੌਰ ਦੇ ਉੱਤੇ ਜਿਹੜੇ ਨੇ ਉਹ ਮੌਜੂਦ ਆਪਣੇ ਤੌਰ ਦੇ ਉੱਤੇ ਉਹ ਤਰੱਕੀ ਯਾਫਤਾ ਕਰਕੇ ਅਤੇ ਉਹਨਾਂ ਨੇ ਸ਼ਹਿਰ ਵਸਾਏ ਹੋਏ ਸਨ। ਸੋ ਇਹ DNA ਦੇ ਨਾਲ ਇਹ ਗੱਲ ਸਾਬਤ ਹੋ ਚੁੱਕੀ ਹੈ। ਜੇ ਮਤਲਬ ਲੋਕਾਂ ਨੇ ਇਹਦੀ ਹੋਰ ਫਰਦਰ ਇਹਦੀ ਸ਼ਹਾਦਤ ਦੇਖਣੀ ਹੋਵੇ, ਐਵੀਡੈਂਸ ਦੇਖਣੀ ਹੋਵੇ, ਤਾਂ ਜ਼ਾਹਰ ਗੱਲ ਹੈ ਕਿ ਉਹ ਕਿਤਾਬ ਦੇ ਵਿੱਚ ਜਿਹੜੀ ਮੇਰੀ ਹੈ ਉਹਦੇ ਵਿੱਚ ਹਵਾਲੇ ਮੌਜੂਦ ਨੇ, ਉਹਨਾਂ ਤੋਂ ਉਹ ਦੇਖ ਸਕਦੇ ਨੇ। ਅੱਛਾ, ਹੁਣ ਸਵਾਲ ਇਹ ਹੈ ਕਿ ਜਦੋਂ ਆਰੀਆ ਆਏ, ਜਿਹੜਾ ਸਵਾਲ ਮੇਜਰ ਜਿਹੜਾ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਜਦੋਂ ਆਰੀਆ ਪੰਜਾਬ ਵਿੱਚ ਆਏ ਤਾਂ ਆਰੀਆ ਆਪੂ ਕਿਸ ਹਾਲ ਵਿੱਚ ਸਨ, ਉਹ ਤਰੱਕੀ ਦੀ ਕਿਸ ਮੰਜ਼ਿਲ 'ਤੇ ਸਨ, ਔਰ ਜਿਹੜੇ ਲੋਕ ਇੱਥੋਂ ਦੇ ਸਨ ਉਹ ਕਿਸ ਮੰਜ਼ਿਲ 'ਤੇ ਸਨ, ਔਰ ਉਹਨਾਂ ਦਾ ਜਦੋਂ ਆਪਸ ਵਿੱਚ ਟਾਕਰਾ ਹੋਇਆ ਤਾਂ ਉਸ ਟਾਕਰੇ ਦੇ ਵਿੱਚ ਕੀ ਹੋਇਆ? ਹੁਣ ਅਸੀਂ ਇਹਦੇ ਪਹਿਲੇ ਥੋੜ੍ਹੇ ਬਹੁਤ ਗੱਲ ਕਰ ਬੈਠੇ ਹਾਂ ਕਿ ਇੱਕਦਮ ਨਹੀਂ ਆਏ ਸਨ, ਇਹ ਟੋਟਿਆਂ 'ਚ ਆਏ ਨੇ, ਮੁਕਤ ਗਰੁੱਪਾਂ 'ਚ ਆਏ ਨੇ, ਔਰ ਇਸ ਹੱਦ ਤੱਕ ਕਿ ਜਿਹੜਾ ਆਖਰੀ ਗਰੋਹ ਆਇਆ ਜਿਹਨੇ ਆ ਕੇ ਕਲੈਸ਼ ਵਗੈਰਾ ਕੀਤਾ ਹੋਏਗਾ ਜਾਂ ਸਿਸਟਮ ਨੂੰ ਚੇਂਜ ਕੀਤਾ, ਉਹ ਨਾ ਸਿਰਫ ਹੈ ਕਿ ਹੜੱਪਾ ਦੇ ਰਹਿਣ ਵਾਲੇ ਜਿਹੜੇ ਪਹਿਲੇ ਰਹਿ ਰਹੇ ਸਨ ਉਹਨਾਂ ਦੇ ਨਾਲ ਉਹਨਾਂ ਨੂੰ ਥੱਲੜੀ ਕਲਾਸ ਸਮਝਦਾ ਸੀ, ਬਲਕਿ ਜਿਹੜੇ ਆਰੀਅਨ ਪਹਿਲਾਂ ਆਏ ਸਨ ਉਹਨਾਂ ਨੂੰ ਵੀ ਆਪਣੇ ਬਰਾਬਰ ਨਹੀਂ ਸਮਝਦਾ। ਬਿਲਕੁਲ ਬਿਲਕੁਲ, ਮਤਲਬ ਇਹ ਹੈ ਕਿ ਪਹਿਲੀ ਗੱਲ ਇਹ ਅਸਟੈਬਲਿਸ਼ਡ ਹੈ, ਸਾਬਤ ਹੈ ਕਿ ਜਦੋਂ ਆਰੀਆ ਆਏ ਤਾਂ ਉਹ ਬੇਸਿਕਲੀ ਪੈਸਟਰ ਚਰਵਾਲ ਸਨ, ਗਾਵਾਂ ਚਾੜਦੇ ਸਨ। ਇਹ ਇੱਕ ਮੈਂ ਤੁਹਾਨੂੰ ਪੜ੍ਹ ਦਿੰਦਾ ਹੈ, ਐਬਰੇਫਾਲਟ ਇੱਕ ਬਹੁਤ ਵੱਡਾ ਹਿਸਟੋਰੀਅਨ ਹੈ, ਹਾਂਜੀ, ਉਹਦਾ ਇੱਕ ਇਹ ਕੋਟ ਹੈ, ਇਹ ਮੈਂ ਪੜ੍ਹ ਦਿੰਦਾ ਤਾਂ ਕਿ ਇਹਦੀ ਲੋਕਾਂ ਦੇ ਨਾਲ ਸਾਂਝ ਹੋ ਜਾਵੇ। ਉਹ ਆਰੀਅਨਸ ਦੇ ਬਾਰੇ ਦੇ ਵਿੱਚ ਕਹਿੰਦਾ ਹੈ ਕਿ ਇਹਨਾਂ ਮਤਲਬ ਵੈਦਿਕ ਲੋਕਾਂ ਦਾ ਸਮਾਜ ਚਰਵਾਲ ਅਤੇ ਜੰਗ ਕਰਨ ਵਾਲਿਆਂ ਦਾ ਸੀ, ਜਿਨ੍ਹਾਂ ਨੇ ਸ਼ਿਮਾਲੀ ਹਿੰਦੁਸਤਾਨ ਦੇ, ਸ਼ਿਮਾਲੀ ਹਿੰਦੁਸਤਾਨ ਤੋਂ ਮਤਲਬ ਹੈ ਪੰਜਾਬ ਦੇ ਜ਼ਰਖੇਜ਼ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਸੀ। ਉਹਨਾਂ ਨੇ ਵਾਹੀ ਕਦੀ ਨਹੀਂ ਕੀਤੀ ਅਤੇ ਇਹ ਕੰਮ ਮੁਕਾਮੀ ਲੋਕਾਂ ਨੂੰ 'ਤੇ ਛੱਡ ਦਿੱਤਾ। ਠੀਕ ਹੈ, ਉਹ ਬਾਕੀ ਚਰਵਾਲ ਜੰਗਬਾਜ਼ਾਂ ਵਾਂਗ ਢਿੱਡੋਂ ਜ਼ਰਾਅਤ ਨਾਲ, ਯਾਨੀ ਐਗਰੀਕਲਚਰ ਨਾਲ ਨਫ਼ਰਤ ਕਰਦੇ ਸਨ ਅਤੇ ਇਸ ਨੂੰ ਫਤਿਹ ਕੀਤੇ ਹੋਏ ਲੋਕਾਂ ਦਾ ਹੀ ਕੰਮ ਸਮਝਦੇ ਸਨ। ਇਹ ਮਤਲਬ ਮਾੜੇ ਬੰਦਿਆਂ ਦਾ ਕੰਮ ਹੈ ਜਿਹੜੀ ਹੈ। ਅੱਛਾ, ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਆਰੀਅਨਸ ਆਏ ਉਹ ਚਰਵਾਲ ਸਨ, ਪੈਸਟਲ ਲੋਕ ਸਨ, ਉਹਨਾਂ ਨੂੰ ਵਾਈ ਬੀਜੀ ਖੇਤੀਬਾੜੀ ਦਾ ਕੁਛ ਪਤਾ ਨਹੀਂ ਸੀ ਹੈਗਾ। ਦੂਜੀ ਗੱਲ ਇਹ ਕਿ ਉਹ ਕਬੀਲੇ ਦੀ ਸਤਾ ਦੇ ਸਨ ਅਜੇ, ਔਰ ਕਬੀਲੇ ਵੀ ਉਸ ਸਤਾ ਦੇ ਸਨ ਕਿ ਕਬੀਲਿਆਂ ਦੀ ਆਪਸ ਵਿੱਚ ਸਾਂਝ ਸੀਗੀ। ਸਾਂਝ ਦਾ ਮਤਲਬ ਇਹ ਹੈ ਕਿ ਇੱਕ ਕਬੀਲਾ ਪੂਰਾ ਜਿਹੜਾ ਹੈ ਉਹ ਹਰ ਚੀਜ਼ ਵੰਡ ਕੇ ਖਾਂਦਾ ਹੈ। ਠੀਕ ਹੈ, ਉਹਦੇ ਵਿੱਚ ਅਜੇ ਜ਼ਾਤੀ ਮਲਕੀਅਤ ਨਹੀਂ ਆਈ। ਵਿਦਿਨ ਦਾ ਕਬੀਲਾ ਠੀਕ ਹੈ, ਅਜੇ ਜ਼ਾਤੀ ਮਲਕੀਅਤ ਨਹੀਂ ਆਈ, ਜੋ ਕੁਛ ਵੀ ਆਉਂਦਾ ਹੈ ਉਹ ਸਾਰਾ ਕਬੀਲਾ ਵੰਡ ਲੈਂਦਾ। ਠੀਕ ਹੈ, ਅਗਰ ਉਹ ਲੁੱਟਮਾਰ ਵੀ ਕਰਦੇ ਨੇ ਕਬੀਲੇ ਵਾਲੇ ਤਾਂ ਉਹ ਵੀ ਸਾਰੇ ਆਪਸ ਇੱਕੋ ਜਿਹਾ ਵੰਡਦੇ ਨੇ, ਭਾਵੇਂ ਇੱਕ ਚੀਥੜਾ ਵੀ ਲੱਭ ਗਿਆ ਨਾ ਕਿਤੋਂ, ਮਤਲਬ ਛੋਟਾ ਕੱਪੜਾ ਵੀ, ਉਹਦੇ ਵੀ ਚੀਥੜੇ ਕਰਕੇ ਆਪਸ 'ਚੋਂ ਵੰਡਦੇ ਸਨ। ਠੀਕ ਹੈ, ਸੋ ਇਸ ਸਟੇਜ ਦੇ ਉੱਤੇ ਜਿਹੜੇ ਨੇ ਉਹ ਆਰੀਆ ਸਨ। ਠੀਕ ਹੈ ਜੀ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਵੇਲੇ ਜਿਹੜੇ ਆਪਣਾ ਇੱਥੇ ਦੇ ਲੋਕ ਸਨ, ਹੜੱਪਾ ਦੇ ਲੋਕ, ਉਹ ਆਰੀਆਵਾਂ ਦੇ ਆਉਣ ਵੇਲੇ ਕਿਸ ਸਟੇਜ 'ਤੇ ਸਨ? ਅੱਛਾ, ਹੁਣ ਤੱਕ ਤਾਂ ਇਹ ਸਮਝ ਆ ਰਹੀ ਹੈ ਕਿ ਖੇਤੀਬਾੜੀ ਕਰਦੇ ਸਨ। ਠੀਕ ਹੈ ਨਾ, ਮਤਲਬ ਪਹਿਲੀ ਤਾਂ ਗੱਲ ਇਹ ਸਮਝੋ, ਪਹਿਲੀ ਤਾਂ ਗੱਲ ਇਹ ਸਮਝੋ ਕਿ ਇਹ ਜਿਹੜੀ ਅਸੀਂ ਪਹਿਲੇ ਵਾਲਿਆਂ 'ਚ ਵੀ ਕਰ ਚੁੱਕੇ ਹਾਂ, ਉਹ ਇਹ ਗੱਲ ਕਰ ਚੁੱਕੇ ਹਾਂ ਕਿ ਮੰਜੂਦਾੜੋ, ਹੜੱਪਾ, ਰਾਖੀਗੜੀ, ਬਾਕੀ ਵੱਡੇ ਵੱਡੇ ਸ਼ਹਿਰ ਜਿਹੜੇ ਉਸ ਹੜੱਪਾ ਸਿਵਿਲਾਈਜੇਸ਼ਨ ਦੇ ਮੌਜੂਦ ਸਨ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਕਾਰੋਬਾਰ, ਜ਼ਰਾਤ ਔਰ ਇਹ ਬਹੁਤ ਅੱਗੇ ਵੱਧ ਚੁੱਕੀ ਸੀ, ਔਰ ਅਸੀਂ ਇਹ ਕਹਿ ਚੁੱਕੇ ਹਾਂ ਕਿ ਉਹ ਤਰੱਕੀ ਦੀ ਬਹੁਤ ਅਗਲੀ ਮੰਜ਼ਿਲ 'ਤੇ ਸਨ। ਠੀਕ ਹੈ, ਮਤਲਬ ਜਿਹੜੇ ਆਰੀਆ ਆਏ ਉਹ ਉਹਨਾਂ ਨਾਲ ਬਹੁਤ ਪਿਛਲੀ ਮੰਜ਼ਿਲ 'ਤੇ ਸਨ, ਕਿਉਂਕਿ ਉਹ ਅਜੇ ਪਸ਼ੂ ਪਾਲ ਸਨ। ਠੀਕ ਹੈ ਜੀ, ਇਸ ਵਾਸਤੇ ਇਸ ਗੱਲ ਨੂੰ ਆਪਣੇ ਧਿਆਨ 'ਚ ਰੱਖਣਾ ਚਾਹੀਦਾ, ਔਰ ਜਦੋਂ ਅਸੀਂ ਅੱਗੇ ਜ਼ਬਾਨ ਦੀ, ਮੌਸੀਕੀ ਦੀ ਬਾਕੀ ਗੱਲਾਂ ਕਰਾਂਗੇ ਤਾਂ ਇਸ ਗੱਲ ਨੂੰ ਲੋਕਾਂ ਨੂੰ ਚਾਹੀਦਾ ਕਿ ਆਪਣੇ ਧਿਆਨ 'ਚ ਰੱਖਣ ਕਿ ਜਿਹੜੇ ਚੂੰਕਿ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜਿਹੜੇ ਹੜੱਪਾ ਦੇ ਲੋਕ ਸਨ, ਜਿਨ੍ਹਾਂ ਨੂੰ ਸੁਮੇਰੀਆ ਜਾਂ ਮੈਸੋਪੋਟੇਮੀਆ ਦੀ ਜਿਹੜੀ ਖੁਦਾਈਆਂ ਨੇ ਉਹਨਾਂ ਵਿੱਚ ਮਲੋਹਾ ਲੋਕ ਕਿਹਾ ਗਿਆ, ਜਿਹੜੇ ਮਲੋਹਾ ਸਨ
ਉਹ ਬਹੁਤ ਤਰੱਕੀ ਆਫਤਾ ਸਨ। ਇਸ ਵਾਸਤੇ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਨਿਕਲੀਆਂ ਨੇ, ਜਿਹੜੀਆਂ ਨਵੀਆਂ ਚੀਜ਼ਾਂ ਬਣੀਆਂ, ਮੌਸੀਕੀ ਜਾਂ ਦੂਸਰੀਆਂ ਚੀਜ਼ਾਂ, ਉਹ ਉਹਨਾਂ ਮਲੋਹਲ ਲੋਕਾਂ ਦੇ ਕੋਲੋਂ ਬਣੀਆਂ ਹੋਣਗੀਆਂ, ਉਹ ਜਿਹੜੇ ਬਾਹਰੋਂ ਆਏ ਨੇ ਉਹਨਾਂ ਉਹ ਬਹੁਤ ਪਿੱਛੇ ਸਨ। ਠੀਕ ਹੈ ਜੀ। ਅੱਛਾ, ਇਸ ਸਿਲਸਿਲੇ ਵਿੱਚ ਮੈਂ ਤੁਹਾਨੂੰ, ਲੇਕਿਨ ਇਤਨੀ ਤਰੱਕੀ ਕਰਨ ਦੇ ਬਾਵਜੂਦ ਬਾਹਰ ਦਾ ਇੱਕ ਗਰੁੱਪ ਆਉਂਦਾ ਹੈ ਔਰ ਉਹ ਆ ਕੇ ਤੁਹਾਡੀ ਜਿਹੜੀ ਰਹਿਤ ਲੈ ਉਹਦੇ 'ਤੇ ਇਨਫਲੂਐਂਸ ਕਰਦਾ ਔਰ ਤੁਹਾਨੂੰ ਇਹ ਦੱਸਦਾ, ਤੁਹਾਡੇ 'ਤੇ ਕਬਜ਼ਾ ਕਰ ਲੈਂਦਾ, ਫਿਰ ਤੁਹਾਨੂੰ ਇਹ ਦੱਸਦਾ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਕਰਦੇ ਰਹੋ, ਲੇਕਿਨ ਹੁਣ ਅੱਜ ਤੋਂ ਤੁਸੀਂ ਨੀਚ ਹੈਗੇ ਹੋ, ਇਹ ਕੰਮ ਤੁਹਾਡਾ ਹੈਗਾ, ਸਾਡਾ ਕੰਮ ਨਹੀਂ ਹੈਗਾ। ਸੋ ਜੋ ਜਿਹੜਾ ਫੀਅਰ ਫੈਕਟਰ ਹੈ ਉਹ 'ਤੇ ਅਸੀਂ ਇੱਕ ਡਿਸਕਸ ਕੀਤਾ ਕਿ ਉਹਨਾਂ ਨੇ ਜਿਹੜਾ ਘੋੜਾ ਉਹ ਡੋਮੈਸਟੀਕੇਟ ਕਰਤਾ ਹੋਇਆ ਸੀ, ਉਹਦੇ ਲਈ ਜਿਹੜੀ ਸਪੀਡ ਹੈ ਉਹਦੇ ਹੈ ਉਹ ਉਸ ਵਾਲੇ ਨਾਲ ਉਹਨਾਂ ਨੇ ਥੋੜ੍ਹੀ ਤਰੱਕੀ ਕੀਤੀ ਹੈ ਔਰ ਇਹਨਾਂ ਨੇ ਜਿਤਨੀ ਵੀ ਤਰੱਕੀ ਕੀਤੀ ਸੀ ਇਟ ਅਮਾਊਂਟਸ ਟੂ ਨਥਿੰਗ ਜਦੋਂ ਅਟੈਕ ਹੁੰਦਾ ਹੈ। ਦੇਖੋ ਨਾ, ਉਹ ਤਾਂ ਤੁਸੀਂ ਉਹ ਤਾਂ ਅਗਰ ਤੁਸੀਂ ਦੇਖੋ ਕਿ ਜਿਹੜਾ ਹਿੰਦੁਸਤਾਨ ਹੈ ਜਾਂ ਪੰਜਾਬ ਹੈ, ਉਹ ਜਿਹੜਾ ਡਿਵੈਲਪਮੈਂਟ ਦੇ ਲਿਹਾਜ਼ ਨਾਲ ਜਿਹੜਾ ਹੈ, ਬਾਅਦ ਦੇ ਵਿੱਚ ਵੀ ਜਦੋਂ ਮੁਸਲਮਾਨਾਂ ਨੇ ਵੀ, ਮਤਲਬ ਮਹਬੂਬ ਅਫਗਾਨਾਂ ਨੇ ਵੀ ਹਮਲਾ ਕੀਤਾ ਔਰ ਫਿਰ ਉਸ ਤੋਂ ਬਾਅਦ ਮੁਗਲਾਂ ਨੇ ਵੀ ਕੀਤਾ, ਅਤੇ ਅਗਰ ਉਸ ਪੀਰੀਅਡ 'ਚ ਵੀ ਦੇਖੋ ਤਾਂ ਆਪਣਾ ਤਹਿਜ਼ੀਬ ਦੇ ਲਿਹਾਜ਼ ਨਾਲ, ਸਿਵਿਲਾਈਜੇਸ਼ਨ ਦੇ ਲਿਹਾਜ਼ ਨਾਲ ਹਿੰਦੁਸਤਾਨ ਬਹੁਤ ਅੱਗੇ ਸੀ ਉਹਨਾਂ ਦੇ ਨਾਲੋਂ, ਹੁਣ ਜਿੱਥੋਂ ਆਏ ਸਨ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀ ਤਾਕਤ ਹੈ ਉਹਦੇ ਨਾਲ ਤੁਸੀਂ ਬਾਅਦ ਵੇਲੇ ਪਿੱਛੇ ਪਿਛੋਕੇ ਪਿਛੋਕੜ ਹੁੰਦਿਆਂ ਹੋਇਆਂ ਵੀ ਤਾਕਤ ਨਾਲ ਕਬਜ਼ਾ ਕਰ ਸਕਦੇ ਹੋ, ਔਰ ਜਿਹੜੀ ਅੱਗੇ ਲੰਘ ਗਈ ਆਬਾਦੀ ਹੈ ਉਹਨੂੰ ਤੁਸੀਂ ਪਿੱਛੇ ਤੱਕ ਸਕਦੇ ਹੋ। ਇਹ ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ। ਅੱਛਾ ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਆਪਣਾ ਹੜੱਪਾ ਦੇ ਲੋਕ ਜਿਹੜੇ ਸਨ ਉਹਨਾਂ ਦੇ ਬਾਰੇ ਵਿੱਚ ਜਿਹੜੇ ਕਹਿੰਦੇ ਨੇ, ਜਿਹੜੀ ਆਪਣਾ ਹਿਸਟੋਰੀਅਨਸ, ਅੱਛਾ ਹੁਣ ਮੈਂ ਇਹਦੀ ਪਹਿਲੇ ਬੈਕਗਰਾਊਂਡ ਦੱਸਦਿਆਂ ਕਿ ਮੈਂ ਜਿਸ ਬੰਦੇ ਨੂੰ ਕੋਟ ਕਰਨ ਜਾ ਰਿਹਾ ਉਹਦਾ ਨਾਂ ਹੈਗਾ ਤ੍ਰਿਪਾਠੀ, ਕ੍ਰਿਸ਼ਨਾ ਤ੍ਰਿਪਾਠੀ। ਇਹ ਉਹਨਾਂ ਵੇਲਿਆਂ ਵਿੱਚ ਤਾਰੀਖ ਲਿਖ ਰਹੇ ਨੇ ਜਦੋਂ ਅਜੇ ਹੜੱਪਾ ਸਿਵਿਲਾਈਜੇਸ਼ਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਉਹਦੀ ਖੁਦਾਈ ਨਹੀਂ ਸੀ ਹੋਈ। ਠੀਕ ਹੈ ਠੀਕ ਹੈ। ਔਰ ਅਜੇ ਨਵੀਂ ਨਵੀਂ ਖੁਦਾਈ ਹੋਈ ਸੀ ਔਰ ਅਜੇ ਬਹੁਤਾ ਇਲਮ ਜਿਹੜਾ ਹੈ ਹੜੱਪਾ ਦੇ ਬਾਰੇ 'ਚ, ਸੋ ਰਿਸੋਰਸਿਸ ਲਿਮਿਟਿਡ ਸਨ, ਬਹੁਤਾ ਲਿਟਰੇਚਰ ਤੋਂ ਲਿਆ ਹੋਏਗਾ, ਫਿਕਸ਼ਨ ਤੋਂ ਲਿਆ ਹੋਏਗਾ ਜੋ ਲਿਖਿਆ ਗਿਆ। ਹਾਂਜੀ, ਲੇਕਿਨ ਫਿਜ਼ੀਕਲ ਐਵੀਡੈਂਸ ਘੱਟ। ਹਾਂ, ਲੇਕਿਨ ਇਹ ਹੈ ਕਿ ਉਹ ਇਹ ਕਹਿੰਦੇ ਨੇ, ਤ੍ਰਿਪਾਠੀ ਹੋਰੀ ਇਹ ਕਹਿੰਦੇ ਨੇ ਕਿ ਦਰਾਵੜ ਜਿਹੜੇ ਨੇ, ਦਰਾਵੜ ਧਾਤਾਂ ਦਾ ਵੱਡਾ ਇਲਮ ਰਖਾਉਂਦੇ ਸਨ। ਉਹਨਾਂ ਨੂੰ ਮੈਟਲਸ ਦਾ ਬਹੁਤ ਪਤਾ ਸੀ ਉਸ ਵੇਲੇ। ਉਹਨਾਂ ਦੇ ਭਾਂਡੇ ਬੜੇ ਪੱਧਰੇ ਹੁੰਦੇ ਸਨ, ਜਿਹੜੇ ਬਰਤਨ ਬਣਾਉਂਦੇ ਸਨ ਉਹ ਬੜੇ ਸਮੂਥ ਬਣਦੇ ਸਨ, ਅਤੇ ਉਹ ਵਾਹਿਬੀਜੀ ਦੇ ਵੀ ਜਾਣੂ ਸਨ। ਠੀਕ ਹੈ, ਮਤਲਬ ਜ਼ਰਾਤ ਵੀ ਕਰਦੇ ਸਨ। ਫਸਲਾਂ ਨੂੰ ਪਾਣੀ ਦੇਣ ਲਈ ਦਰਿਆਵਾਂ 'ਤੇ ਬੰਧ ਬਣਾਉਣ ਵਾਲੇ ਵੀ ਇਹ ਪਹਿਲੇ ਲੋਕ ਸਨ, ਯਾਨੀ ਡੈਮ ਬਣਾ ਕੇ ਦਰਿਆਵਾਂ ਉੱਤੇ ਫਸਲਾਂ ਨੂੰ ਪਾਣੀ ਲਾਉਣਾ ਬਾਅਦ ਵਿੱਚ ਵੀ ਇਹ ਬਾਕੀ ਦੁਨੀਆ ਤੋਂ ਵਿੱਚ ਪਹਿਲੇ ਲੋਕ ਸਨ। ਸੋ ਜਿਹੜੇ ਦਰਾਵੜ ਸਨ ਉਹ ਇਹ ਸਟੇਜ 'ਤੇ ਸਨ। ਠੀਕ ਹੈ ਜੀ, ਇਹ ਹੁਣ ਦੋ ਗੱਲਾਂ ਜਿਹੜੀਆਂ ਨੇ ਇਹ ਸਾਫ ਹੋ ਗਈਆਂ ਕਿ ਆਰੀਆ ਕਿੱਥੇ ਸਨ ਔਰ ਦਰਾਵੜ ਕਿੱਥੇ ਸਨ। ਲੇਕਿਨ ਜਿਹੜੇ ਇੱਥੇ ਹੁਣ ਮੈਂ ਇਹ ਗੱਲ ਖੋਲ੍ਹ ਦਈਏ ਕਰ ਲਈਏ ਕਿ ਚੂੰਕਿ ਜਿਹੜੇ ਆਰੀਆ ਸਨ ਉਹ ਜੰਗੀ ਪੱਖ ਤੋਂ, ਜੰਗੀ ਪਹਿਲੂ ਤੋਂ ਬਹੁਤੇ ਤਗੜੇ ਸਨ, ਬਹੁਤੇ ਮਜ਼ਬੂਤ ਸਨ, ਇਸ ਵਾਸਤੇ ਉਹਨਾਂ ਨੇ ਜਿਹੜੇ ਮੁਕਾਮੀ ਲੋਕਾਂ ਦੇ ਸ਼ਹਿਰ ਔਰ ਮੁਕਾਮੀ ਲੋਕਾਂ ਦੇ ਜਿਹੜੇ ਕਸਬੇ ਸਨ ਉਹ ਬਰਬਾਦ ਕੀਤੇ, ਤਬਾਹ ਕੀਤੇ ਔਰ ਉਹਨਾਂ ਦੇ ਉੱਤੇ ਕਬਜ਼ਾ ਕੀਤਾ। ਅੱਛਾ, ਇਹਦੇ ਬਾਰੇ 'ਚ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਹੈ ਉਹ ਦੱਸਣਾ ਚਾਹੁੰਦਾ ਹੈ ਕਿ ਇੱਕ ਹੋਰ ਤਾਰੀਖਦਾਨ ਹੈ ਪਰਮਾਨੰਦ ਜੀ। ਅੱਛਾ ਜੀ, ਪਰਮਾਨੰਦ ਜੀ ਬੜੇ ਦਿਲਚਸਪ ਤਾਰੀਖਦਾਨ ਨੇ। ਇਹ ਵੀ ਆਪਣਾ ਸਮਝ ਲਓ ਕਿ 1921-22 ਦੇ ਵਿੱਚ ਖੁਦਾਈਆਂ ਹੋਈਆਂ ਨਾ ਹੜੱਪਾ ਦੀਆਂ, ਅਤੇ ਇਹ ਕਿਤਾਬ ਜਿਹੜੀ ਹੈ ਇਹਨਾਂ ਦੀ ਵੀ ਉਸੇ ਪੀਰੀਅਡ ਦੇ ਵਿੱਚ ਹੀ ਛਪੀ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਇਹ ਲਾਲਾ ਲਾਜਪਤ ਰਾਏ ਨੇ ਛਾਪੀ ਹੈ ਕਿਤਾਬ। ਅੱਛਾ, ਅਤੇ ਲਾਲਾ ਲਾਜਪਤ ਰਾਏ ਉਹ ਬੰਦਾ ਸੀ ਜਿਹਨੇ 1923 ਵਿੱਚ ਇੱਕ ਮਜ਼ਮੂਨ ਲਿਖ ਕੇ ਅਤੇ ਉਹਨੇ ਕਿਹਾ ਸੀ ਕਿ ਅਸੀਂ ਮੁਸਲਮਾਨਾਂ ਦੇ ਨਾਲ ਇਕੱਠੇ ਨਹੀਂ ਰਹਿ ਸਕਦੇ, ਸਾਨੂੰ ਵੱਖਰਾ ਮੁਲਕ ਮਿਲਣਾ ਚਾਹੀਦਾ।
ਅਤੇ ਲਾਲਾ ਲਾਜਪਤ ਰਾਏ ਦੀ ਜਿਹੜਾ ਪਬਲਿਸ਼ਿੰਗ ਹਾਊਸ ਸੀ ਉਹਨੇ ਇਹ ਕਿਤਾਬ ਛਾਪੀ ਸੀ। ਮਤਲਬ ਕਹਿਣ ਦਾ ਮੇਰਾ ਇਹ ਹੈ ਕਿ ਖਾਸ ਉਲ ਖਾਸ ਮਹਾਸ ਬਾਈ ਸਨ ਔਰ ਉਹਨਾਂ ਦਾ ਥੀਸਿਸ ਇਹ ਸੀਗਾ, ਇਹ ਜਿਹੜੇ ਪਰਮਾਨੰਦ ਔਰ ਬਾਕੀ ਲੋਕ ਨੇ ਉਸ ਵੇਲੇ, ਇਹਨਾਂ ਦਾ ਥੀਸਿਸ ਇਹ ਸੀ ਕਿ ਅਸਲ ਦੇ ਵਿੱਚ ਆਰੀਆ ਹੀ ਇੱਥੇ ਅਸਲੀ ਲੋਕ ਸਨ ਔਰ ਆਰੀਆ ਨੇ ਹੀ ਇੱਥੋਂ ਨਿਕਲ ਕੇ ਅਤੇ ਦੁਨੀਆ 'ਚ ਬਾਕੀ ਜਗ੍ਹਾ 'ਤੇ ਜਾ ਕੇ ਤਹਿਜ਼ੀਬ ਬਣਾਈ ਹੈ। ਠੀਕ ਹੈ, ਉਹ ਅਜੇ ਲੇਕਿਨ ਅਜੀਬ ਗੱਲ ਇਹ ਹੈ ਕਿ ਪਰਮਾਨੰਦ ਜੀ ਜਿਹੜੇ ਨੇ ਉਹ ਜਦੋਂ ਬਾਕੀ ਲੋਕਾਂ ਦਾ ਜ਼ਿਕਰ ਕਰ ਰਹੇ ਨੇ, ਮਤਲਬ ਜਿਹੜੇ ਹੜੱਪਾ ਦੇ ਜਿਹੜੇ ਅਸਲੇ ਵਸਨੀਕ ਸਨ, ਜਦੋਂ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਤਾਂ ਕੀ ਕਹਿੰਦੇ ਨੇ? ਕਹਿੰਦੇ ਨੇ ਜੀ, ਆਪਣੀ ਰਸਮ ਮੁਤਾਬਕ ਇਹਨਾਂ ਮੁਕਾਮੀ ਹੜੱਪੇ ਦੇ ਲੋਕਾਂ ਜਿਹੜੇ ਲੋਕ ਸਨ, ਇਹ ਆਪਣੀ ਰੰਡੀ ਛੋਟੇ ਭਰਾ ਰੰਡੀ ਯਾਨੀ ਛੋਟੇ ਭਰਾ ਦੀ ਬੇਵਾ ਨਾਲ ਵੀ ਵਿਆਹ ਕਰ ਲੈਂਦੇ ਸਨ ਅਤੇ ਇਹ ਲੋਕ ਹਰ ਰਸਮ 'ਤੇ ਨੱਚਦੇ ਅਤੇ ਸ਼ਰਾਬ ਪੀਂਦੇ ਸਨ। ਇਹਨਾਂ ਵਿੱਚ ਜ਼ਾਤ ਪਾਤ ਦਾ ਨਿਜ਼ਾਮ ਮੁੱਢੋਂ ਨਹੀਂ ਸੀ। ਆਰੀਆ ਇਹਨਾਂ ਨੂੰ ਨਫ਼ਰਤ ਕਰਦੇ ਸਨ। ਠੀਕ ਹੈ, ਆਰੀਆਵਾਂ ਨੇ ਉਹਨਾਂ ਨੂੰ ਫਤਿਹ ਕਰਕੇ ਜੰਗਲਾਂ ਵੱਲ ਨਸਾ ਦਿੱਤਾ ਅਤੇ ਆਪਣਾ ਗੁਲਾਮ ਬਣਾ ਲਿਆ। ਮਨੂ ਵਿੱਚ ਯਾਨੀ ਮਨੂ ਸਮਰਤਾ ਜਿਹੜਾ ਹਿੰਦੂਆਂ ਦਾ ਕਾਨੂੰਨ ਜਿਹਨੇ ਲਿਖਿਆ ਸੀਗਾ, ਮਨੂ ਵਿੱਚ ਉਹਨਾਂ ਨੂੰ ਚੰਡਾਲ ਕਿਹਾ ਗਿਆ ਹੈ। ਚੰਡਾਲ, ਚੰਡਾਲ, ਅਤੇ ਉਹਨਾਂ ਨੂੰ ਸਦਾ ਗੁਲਾਮੀ ਵਿੱਚ ਰੱਖਣ ਲਈ ਸਖ਼ਤ ਕਾਨੂੰਨ ਬਣਾਏ ਗਏ ਨੇ। ਵੇਦਾਂ ਵਿੱਚ ਉਹਨਾਂ ਨੂੰ ਸ਼ਤਰੂ ਮਤਲਬ ਦੁਸ਼ਮਣ ਜਾਂ ਦਸੀਓ ਯਾਨੀ ਗੁਲਾਮ ਕਿਹਾ ਗਿਆ ਹੈ। ਉਹਨਾਂ ਦਾ ਜ਼ਿਕਰ ਫੀਨੀ ਨੱਕ ਜਾਂ ਬਿਨਾਂ ਨੱਕ ਦੇ ਤੌਰ 'ਤੇ ਦੱਸਿਆ ਗਿਆ ਹੈ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਡਰੈਵਿਡੀਅਨਸ ਨੇ ਜਿਹੜੇ ਜਿਹੜੇ ਮੁਕਾਮੀ ਲੋਕ ਨੇ ਉਹਨਾਂ ਦੀ ਨੱਕ ਜਿਹੜੀ ਆ ਉਹ ਥੱਲੇ ਹੁੰਦੀ ਹੈ, ਜਿਵੇਂ ਸਾਡੇ ਖੋਜਿਆਂ ਮਸਲੀਆਂ ਵਗੈਰਾ ਦੀ ਹੈ। ਉਹਨਾਂ ਨੂੰ ਮਾਰਨ ਅਤੇ ਫਤਿਹ ਕਰਨ ਦੀਆਂ ਦੁਆਵਾਂ ਮੰਗੀਆਂ ਗਈਆਂ ਹਨ, ਯਾਨੀ ਮਤਲਬ ਹਿੰਦੂਆਂ ਦੇ ਜਿਹੜੇ ਜਿਹੜੇ ਜਿਹੜੀ ਮਜ਼ਹਬੀ ਕਿਤਾਬਾਂ ਨੇ ਉਹਨਾਂ ਵਿੱਚ ਉਹਨਾਂ ਨੂੰ ਮਾਰਨ ਅਤੇ ਫਤਿਹ ਕਰਨ ਦੀਆਂ ਦੁਆਵਾਂ ਮੰਗੀਆਂ ਗਈਆਂ ਹਨ। ਇੰਦਰ ਉਹਨਾਂ ਨੂੰ ਤਬਾਹ ਅਤੇ ਹੱਥਲ ਕਰਨ ਵਾਲਾ ਹੈ। ਇਹ ਲੋਕ ਮਕਾਨਾਂ ਅਤੇ ਕਸਬਿਆਂ ਵਿੱਚ ਰਹਿੰਦੇ ਸਨ। ਠੀਕ ਹੈ, ਵਿੱਚ ਰਹਿੰਦੇ ਸਨ ਅਤੇ ਵੇਦ ਵਿੱਚ ਆਉਂਦਾ ਹੈ ਜੋ ਇੰਦਰ ਨੇ ਇਹਨਾਂ ਉਸਰੂਆਂ ਦੇ ਕਸਬੇ ਬਰਬਾਦ ਕੀਤੇ। ਇਹ ਰਾਕਸ਼ਸ ਯਾਨੀ ਜਿਹੜੇ ਲੋਕਲ ਲੋਕ ਸਨ, ਇਹ ਰਾਕਸ਼ਸ ਬੜੀ ਦੌਲਤ ਵਾਲੇ ਸਨ। ਉਹਨਾਂ ਦੇ 7 ਬੁਰਜ ਅਤੇ 90 ਕਿਲੇ ਸਨ। ਆਰੀਆਵਾਂ ਦਾ ਰੰਗ ਚਿੱਟਾ ਅਤੇ ਮਾਂਦਰਾ ਬੜਾ ਸੋਹਣਾ ਸੀ। ਇਹ ਵੀ ਅਖੀਰ ਆਪ ਕਹਿੰਦੇ ਨੇ ਕਿ ਜੀ ਵੈਸੇ ਉਂਝ ਤਾਂ ਉਹ ਬੜੇ ਅਮੀਰ ਸਨ, ਉਹਨਾਂ ਦੀ ਬੜਾ ਕੁਝ ਸੀਗਾ, ਅਤੇ ਲੇਕਿਨ ਇਹ ਹੈ ਕਿ ਆਰੀਆ ਬੜੇ ਸੋਹਣੇ ਸਨ, ਕਿਉਂਕਿ ਉਹ ਤਾਂ ਸਾਰੀ ਆਰੀਆਵਾਂ ਦੀ ਪਰਮਾਨੰਦ ਜੀ ਦੀ ਤਾਰੀਫਾਂ ਕਰ ਰਹੇ ਨੇ ਨਾ, ਕਿਉਂਕਿ ਮਹਾਸ ਬਾਈਆਂ ਦੇ ਨਜ਼ਦੀਕ ਤਾਂ ਉਹ ਹੀ ਸੀ। ਲਿਹਾਜ਼ਾ ਇੱਕ ਗੱਲ ਤਾਂ ਇਹ ਸਾਬਤ ਹੋ ਗਈ ਕਿ ਜਿਹੜੇ ਇੱਥੋਂ ਦੇ ਲੋਕ ਸਨ, ਮੁਕਾਮੀ ਲੋਕ ਸਨ ਹੜੱਪਾ ਦੇ, ਜਿਹਨਾਂ ਨੂੰ ਅਸੀਂ ਮਲੋਹਾ ਕਹਿ ਸਕਦੇ ਹਾਂ, ਉਹ ਲੋਕ ਜਿਹੜੇ ਸਨ ਉਹ ਬਹੁਤ ਅੱਗੇ ਸਨ, ਸ਼ਹਿਰਾਂ ਵਾਲੇ ਸਨ, ਕਿਲੇ ਬਣਾ ਕੇ ਰਹਿੰਦੇ ਸਨ, ਨਜ਼ਰਾਤ ਕਰਦੇ ਸਨ। ਮਤਲਬ ਅਗਰ ਅੱਜ ਦੀ ਟਰਮਸ ਵਿੱਚ ਕੀਤਾ ਜਾਏ ਕਿ ਦੇ ਵਰ ਨੋਟ ਵਾਰ ਮੋਂਗਰਸ, ਦੇ ਵਰ ਡਿਵੈਲਪਿੰਗ ਸਟੇਜ ਚ ਰਹੇ ਜਾਂ ਡਿਵੈਲਪਡ ਲੋਕ ਸਨ, ਪ੍ਰੋਗਰੈਸਿਵ ਲੋਕ ਸਨ, ਉਹ ਐਸਟੈਬਲਿਸ਼ ਕਰ ਲਿਆ ਹੈ ਸਿਸਟਮ, ਤੇ ਦੇ ਨਾਓ ਦੇ ਹੈਵ ਨਥਿੰਗ ਟੂ ਡੂ ਵਿਦ ਵਾਰ। ਨਹੀਂ, ਉਹ ਮਤਲਬ ਇਹ ਹੈ ਕਿ ਦੇਖੋ ਆਪਣੀ ਸੈਲਫ ਡਿਵੈਲਪਮੈਂਟ ਹੋ ਰਹੀ ਹੈ। ਗੱਲ ਇਹ ਹੈਗੀ ਹੈ ਕਿ ਉਹ ਤੇ ਤੁਸੀਂ ਦੇਖੋ ਨਾ, ਜਿੰਨੀ ਵੀ ਹੜੱਪਾ, ਤੁਹਾਨੂੰ ਅਸੀਂ ਪਹਿਲੇ ਵੀ ਸ਼ਾਇਦ ਗੱਲ ਕਰ ਚੁੱਕੇ ਹਾਂ ਕਿ ਹੜੱਪਾ ਦੀਆਂ ਜਿੰਨੀਆਂ ਵੀ ਖੁਦਾਈਆਂ ਹੋਈਆਂ ਨੇ ਉਹਨਾਂ ਵਿੱਚੋਂ ਕਿਤੋਂ ਵੀ ਮੰਦਰ ਨਹੀਂ ਲੱਭਿਆ, ਕੋਈ ਮਹੱਲ ਵੀ ਨਹੀਂ ਲੱਭਿਆ, ਕੋਈ ਹਥਿਆਰ ਵੀ ਨਹੀਂ ਲੱਭਿਆ। ਇਹਦਾ ਮਤਲਬ ਹੈ ਕਿ ਉਹ ਪੁਰਅਮਨ ਲੋਕ ਸਨ ਔਰ ਕੋਈ ਖਾਸ ਮਜ਼ਹਬ ਇਸ ਤਰ੍ਹਾਂ ਦਾ ਜਿਵੇਂ ਦਾ ਬਾਅਦ ਵਿੱਚ ਬਣਿਆ ਉਹਨੂੰ ਨਹੀਂ ਮੰਨਦੇ ਸਨ ਔਰ ਕੋਈ ਉਹਨਾਂ ਵਿੱਚ ਬਾਦਸ਼ਾਹਤ ਵੀ ਨਹੀਂ ਸੀ ਹੈ। ਇਹ ਗੱਲ ਸਾਬਤ ਹੋ ਗਈ, ਕਲਾਸ ਦਾ ਸਟਰਕਚਰ ਵੀ ਨਹੀਂ ਹੈ ਕੋਈ ਇਸ ਤਰ੍ਹਾਂ ਦਾ, ਬਿਲਕੁਲ। ਲੇਕਿਨ ਜਦੋਂ ਏਰੀਅਨਸ ਆਏ ਨੇ ਤੇ ਇਹਨਾਂ ਨੇ ਆ ਕੇ, ਕਿਉਂਕਿ ਇਹਨਾਂ ਨੂੰ ਦੇਖੋ ਨਾ, ਉਹਦੇ ਲਿਖ ਰਿਹਾ ਕਿ ਉਹ ਦੁਆਵਾਂ ਮੰਗਦੇ ਸਨ ਉਹਨਾਂ ਨੂੰ, ਇਟ ਮੀਨਸ ਕਿ ਉਹਨਾਂ ਦਾ ਇੱਕ ਕਨਸੈਪਟ ਹੈ ਸੀ ਆਫ ਰਿਲੀਜਨ ਔਰ ਅ ਗੋਡ ਔਰ ਐਨੀਥਿੰਗ। ਹਾਂਜੀ, ਹੁਣ ਅਸੀਂ ਉਹ ਤੇ ਆ ਜੀ, ਹੁਣ ਅਸੀਂ ਆ ਜਾਈਏ ਕਿ ਹੁਣ ਮਤਲਬ ਅਸੀਂ ਜਿਹੜੇ ਮੁਕਾਮੀ ਲੋਕ ਸਨ, ਮਲੋਹਾ ਲੋਕ ਸਨ, ਹੜੱਪਾ ਦੇ ਲੋਕ ਸਨ, ਉਹਨਾਂ ਦੇ ਬਾਰੇ ਤਾਂ ਦੱਸ ਚੁੱਕੇ ਹਾਂ। ਹੁਣ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਆਰੀਆ ਆਏ ਇੱਥੇ ਅਤੇ ਆਰੀਆ ਦੇ ਆਉਣ ਤੋਂ ਬਾਅਦ ਕੀ ਕੁਛ ਹੋਇਆ। ਠੀਕ ਹੈ, ਠੀਕ ਹੈ ਜੀ। ਜਿਹੜੇ ਅੱਧੀ ਆਬਾਦੀ ਉਠਾਤੀ ਨੇ ਉਹਨਾਂ ਨੇ,
ਮਾਰਿਆ ਉਹਨਾਂ ਨੇ ਕੀਤਾ ਜਦੋਂ? ਹਾਂ ਉਹ ਤਾਂ ਜੰਗਲਾਂ ਵੱਲ ਨੱਸ ਗਏ ਨਾ, ਲੇਕਿਨ ਇਹ ਜਿਹੜੀ ਆ ਇੱਕ ਜਿਹੜੀ ਹੋਰ ਇੱਕ ਲਿਖ ਕੇ, ਲੇਕਿਨ ਇੱਥੇ ਮੈਂ ਤੂੰ ਕਿ ਤੁਸੀਂ ਗੱਲ ਛੇੜ ਦਿੱਤੀ ਹੈ ਅਤੇ ਮੈਂ ਇਹ ਗੱਲ ਵੀ ਕਰਦਾ ਜਾਵਾਂ, ਲੇਕਿਨ ਇਹ ਜਿਹੜੀ ਗੱਲ ਕਹੀ ਜਾਂਦੀ ਹੈ ਨਾ ਕਿ ਇਹ ਡਰੇਵਿਡੀਅਨ ਲੋਕ ਸਨ, ਦਰਾਵੜੀ ਲੋਕ ਸਨ, ਜਿਹੜੇ ਹੁਣ ਹਿੰਦੁਸਤਾਨ ਦੀਆਂ ਜਨੂਬੀ ਰਿਆਸਤਾਂ ਵਿੱਚ ਰਹਿੰਦੇ ਨੇ, ਨਹੀਂ ਸਨ ਇਹ, ਨਹੀਂ ਨਹੀਂ ਸਨ, ਇਹ ਨਹੀਂ ਸਨ, ਨਹੀਂ ਸਨ, ਯੈਸ ਯੈਸ, ਇਹ ਥਿਊਰੀ ਗਲਤ ਹੈ, ਠੀਕ ਹੈ? ਔਰ ਉਹਦੀ ਬੁਨਿਆਦੀ ਵਜ੍ਹਾ ਇਹ ਹੈ ਕਿ ਡਰੇਵਿਡੀਅਨਸ ਵੀ ਬਾਹਰੋਂ ਆਏ ਸਨ, ਉਹ ਵੀ ਬਾਹਰੋਂ ਆਏ ਸਨ, ਇਹ ਅਸੀਂ ਗੱਲ ਕਰ ਚੁੱਕੇ ਹਾਂ, ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਇਹ ਸਾਬਤ ਹੈ ਕਿ ਏਰੀਅਨਸ ਜਦੋਂ ਆਏ ਇੱਥੇ ਅਤੇ ਜਿਹੜੇ ਮੁਕਾਮੀ ਲੋਕ ਸਨ ਉਹ ਕਈ ਸੌ ਸਾਲਾਂ ਤੱਕ ਉਹਨਾਂ ਦੇ ਨਾਲ ਲੜਦੇ ਰਹੇ, ਜ਼ਰਾਤ ਕਰਦੇ ਰਹੇ, ਕਾਰੋਬਾਰ ਕਰਦੇ ਰਹੇ, ਉਹਨਾਂ ਦੀਆਂ ਬਾਦਸ਼ਾਹੀਆਂ ਵੀ ਛੋਟੀਆਂ ਮੋਟੀਆਂ ਕਾਇਮ ਰਹੀਆਂ, ਅਤੇ ਇਹਦਾ ਮਤਲਬ ਇਹ ਹੈ ਕਿ ਲੋਕ ਨੱਸ ਕੇ ਕੁਝ ਜਨੂਨ ਨਹੀਂ ਚਲੇ ਗਏ, ਬਲਕਿ ਜਿਹੜੇ ਹੜੱਪਾ ਦੇ ਲੋਕ ਸਨ ਉਹ ਇੱਥੇ ਹੀ ਕਿਤੇ ਇਸੇ ਇਲਾਕੇ ਦੇ ਵਿੱਚ ਹੀ ਸਨ, ਠੀਕ ਹੈ ਜੀ? ਅੱਛਾ, ਹੁਣ ਅਸੀਂ ਆਉਂਦੇ ਹਾਂ ਦੁਬਾਰਾ ਇਹਦੇ ਵੱਲ, ਰਿਲੀਜਨ ਇਹਦੇ ਵੱਲ, ਆਰੀਆ ਵੱਲ। ਆਰੀਆ ਜਿਹੜੇ ਆਏ ਅਤੇ ਆਰੀਆ ਜਿਹੜੇ ਸਨ ਉਹ ਉਹ ਮਜ਼ਹਬ ਨੂੰ ਮੰਨਦੇ ਸਨ, ਲੇਕਿਨ ਉਹਨਾਂ ਦਾ ਜਿਹੜਾ ਮਜ਼ਹਬ ਹੈ ਉਹ ਵੀ ਬਹੁਤ ਸਾਦਾ ਸੀ। ਓਕੇ, ਕਿਉਂਕਿ ਜਿਹੜਾ ਪਸ਼ੂ ਪਾਲ ਸਮਾਜ ਹੈ, ਜਿਹੜਾ ਵੀ ਪਸ਼ੂ ਪਾਲ ਸਮਾਜ ਹੁੰਦਾ ਹੈ, ਜ਼ਰਾਤ ਤੋਂ ਪਹਿਲੇ ਵਾਲਾ ਸਮਾਜ, ਉਹਦੇ ਵਿੱਚ ਮਜ਼ਹਬ ਦੀ ਕੋਈ ਖਾਸ ਐਡਵਾਂਸ ਸ਼ਕਲ ਨਹੀਂ ਹੁੰਦੀ, ਠੀਕ ਹੈ? ਉਹ ਵੀ ਪ੍ਰਿਮਿਟਿਵ ਹੁੰਦਾ ਹੈ। ਸੋ ਲਿਹਾਜ਼ਾ ਅਗਰ ਤੁਸੀਂ ਜਿਹੜੀ 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 ਸਭ ਤੋਂ ਪਹਿਲੇ ਕਿਤਾਬ ਲਿਖੀ ਗਈ ਨਾ ਆਰੀਆਵਾਂ ਦੀ, ਜਿਹੜੀ ਮਜ਼ਹਬ ਦੇ ਉੱਤੇ ਜਿਹਨੂੰ ਅਸੀਂ ਮੰਨਿਆ ਜਾਂਦਾ, ਉਹ ਰਿਗਵੇਦ ਹੈ, ਅਤੇ ਰਿਗਵੇਦ ਸਾਰੀ ਪੰਜਾਬ 'ਚ ਲਿਖੀ ਗਈ ਹੈ, ਠੀਕ ਹੈ? ਹੁਣ ਰਿਗਵੇਦ ਨੂੰ ਅਗਰ ਤੁਸੀਂ ਪੜ੍ਹੋ ਤਾਂ ਰਿਗਵੇਦ ਦੇ ਵਿੱਚ ਜਿਵੇਂ ਖੁਦਾ ਦਾ ਤਸੱਵਰ ਹੈ, ਜਿਵੇਂ ਬੰਦਿਆਂ ਦਾ ਤਸੱਵਰ ਹੈ, ਜਿਸ ਤਰ੍ਹਾਂ ਦੀਆਂ ਦੁਆਵਾਂ ਨੇ, ਉਹ ਤੋਂ ਲੱਗਦਾ ਕਿ ਜਿਹੜਾ ਖੁਦਾ ਹੈ ਉਹ ਵੀ ਕੋਈ ਬੰਦਿਆਂ ਵਗਰੀ ਚੀਜ਼ ਹੈ, ਉਹਦੀਆਂ ਵੀ ਖਾਹਿਸ਼ਾਂ ਕੋਈ ਬੰਦਿਆਂ ਵਗਰੀਆਂ ਨੇ, ਅਤੇ ਜਿਹੜਾ ਉਹਦੇ ਕੋਲੋਂ ਮੰਗਿਆ ਜਾ ਰਿਹਾ ਹੈ ਖੁਦਾ ਕੋਲੋਂ ਉਹ ਵੀ ਆਮ ਚੀਜ਼ਾਂ ਨੇ। ਮਤਲਬ ਸਭ ਤੋਂ ਵੱਡੀ ਜਿਹੜੀ ਦੁਆ ਮੰਗੀ ਜਾਂਦੀ ਹੈ ਉਹਦੇ ਵਿੱਚ ਉਹ ਹੈਗੀ ਹੈ ਕਿ ਸਾਨੂੰ ਜਿਹੜੀ ਹੈ ਉਹ ਦੁੱਧ, ਯਾਨੀ ਗਾਵਾਂ ਹੋਰ ਦੇ ਅਤੇ ਔਲਾਦ ਦੇ, ਦੁੱਧ ਅਤੇ ਪੁੱਤ, ਅਤੇ ਅਸੀਂ ਜਿਹਨੂੰ ਅਸੀਂ ਪੰਜਾਬੀ 'ਚ ਦੁੱਧ ਅਤੇ ਪੁੱਤ ਕਹਿੰਦੇ ਹਾਂ, ਠੀਕ ਹੈ? ਅੱਛਾ, ਇਹ ਜਿਹੜੇ ਆਰੀਆ ਸਨ ਇਹ ਜਦੋਂ ਸ਼ੁਰੂ 'ਚ ਆਏ ਅਤੇ ਇਹ ਤੁਹਾਨੂੰ ਜਿਵੇਂ ਪਹਿਲੇ ਕਿਹਾ ਇਹ ਸਾਂਝੇ ਕਬਾਇਲੀ ਸਿਸਟਮ ਵਿੱਚ ਰਹਿੰਦੇ ਸਨ, ਸਾਰਾ ਕਬੀਲਾ ਵੰਡ ਕੇ ਖਾਂਦਾ ਸੀ, ਠੀਕ ਹੈ? ਜਿਹੜੀ ਇਬਾਦਤ ਸੀ ਮਜ਼ਹਬ ਦੀ, ਜਿਹੜੀ ਪੂਜਾ ਕਰਦੇ ਸਨ, ਉਹ ਕਬੀਲੇ ਦਾ ਜਿਹੜਾ ਵੱਡਾ ਹੁੰਦਾ ਸੀ ਬਜ਼ੁਰਗ ਉਹੀ ਇਬਾਦਤ ਕਰਵਾਉਂਦਾ ਸੀ, ਠੀਕ ਹੈ? ਠੀਕ ਹੈ ਜੀ, ਇਹ ਗੱਲ ਤਾਂ ਤੈਅ ਹੋ ਗਈ। ਲੇਕਿਨ ਇੱਥੇ ਜਿਹੜੀ ਗੱਲ ਲੋਕ ਦੂਜੇ ਕਰਦੇ ਨਹੀਂ ਹੈ ਹਿਸਟੋਰੀਅਨਸ, ਉਹ ਮੈਂ ਕਰਦੇ ਹਾਂ, ਉਹ ਗੱਲ ਇਹ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਤਾਂ ਸਾਂਝ ਦਾ ਨਿਜ਼ਾਮ ਸੀ ਜੇ ਆਰੀਆ ਸਨ, ਲੇਕਿਨ ਜਦੋਂ ਜਿਨ੍ਹਾਂ ਨੂੰ ਇਹ ਫਤਿਹ ਕਰ ਲੈਂਦੇ ਸਨ ਆਪਣਾ ਲੋਕਲ ਲੋਕਾਂ ਨੂੰ, ਜਿਨ੍ਹਾਂ ਨੂੰ ਦਾਸੀਓ ਬਣਾ ਲੈਂਦੇ ਸਨ ਹੜੱਪੇ ਦੇ ਲੋਕਲ ਲੋਕਾਂ ਨੂੰ, ਉਹਨਾਂ ਨੂੰ ਆਪਣੇ ਬਰਾਬਰ ਨਹੀਂ ਸੀ ਸਮਝਦੇ। ਇਸ ਵਾਸਤੇ ਇਹਨੂੰ ਸਮਝਣ ਲਈ ਮਫਤੂ ਹੈ ਨਾ, ਇਸ ਲਈ ਸਮਝਣ ਲਈ ਇਹ ਨਹੀਂ ਸਮਝਣਾ ਚਾਹੀਦਾ ਕਿ ਚੂੰਕਿ ਉਹ ਆਪ ਸਾਂਝੇ ਨਿਜ਼ਾਮ ਵਿੱਚ ਰਹਿੰਦੇ ਸਨ, ਇਸ ਵਾਸਤੇ ਉਹਨਾਂ ਦਾ ਕੁੱਲੀ ਨਿਜ਼ਾਮ ਵੀ ਸਾਂਝਾ ਸੀ, ਕੁੱਲੀ ਨਿਜ਼ਾਮ ਸਾਂਝਾ ਨਹੀਂ ਸੀ, ਕਿਉਂਕਿ ਉਹਨਾਂ ਨੇ ਥੱਲੇ ਲਾਇਆ ਹੋਇਆ ਸੀਗਾ ਆਪਣਾ ਜਿਹੜੇ ਮਲੂਹਾ ਲੋਕ ਸਨ, ਲੋਕਲ ਲੋਕ ਸਨ, ਔਰ ਉਸ ਵੇਲੇ ਜਿਹੜੀ ਰੰਗ ਔਰ ਨਸਲ ਦੀ ਬੁਨਿਆਦ ਦੇ ਉੱਤੇ ਵੰਡ ਇਸ ਤੋਂ ਪਹਿਲੇ ਹੋ ਚੁੱਕੀ ਸੀ। ਬਿਲਕੁਲ ਠੀਕ ਹੈ। ਹੁਣ ਇਹਦੇ ਤੋਂ ਇੱਕ ਗੱਲ ਹੋਰ ਵੀ ਸਮਝ ਆ ਰਹੀ ਹੈ ਕਿ ਇਹ ਜਦੋਂ ਆਏ ਤਾਂ ਇਹ ਸਾਰੇ ਮੇਲ ਸਨ। ਹਾਂਜੀ ਹਾਂਜੀ, ਅੱਛੀ ਗੱਲ ਕੀਤੀ ਤੁਸੀਂ। ਇਹ ਆ ਕੇ ਉੱਥੇ ਵਸੇ ਨੇ, ਹੌਲੀ ਹੌਲੀ ਵਸੇ ਨੇ, ਔਰ ਫਿਰ ਓਵਰ ਦਾ ਈਅਰ ਬਲਕਿ ਸੈਂਚਰੀਜ਼ ਫਿਰ ਇਹਨਾਂ ਨੇ ਜਦੋਂ ਕਬਜ਼ਾ ਕਰ ਲਿਆ ਔਰ ਉਹਨਾਂ ਨੂੰ ਕਰਤਾ ਹੈ, ਤਾਂ ਇਟ ਮੀਨਸ ਕਿ ਉਹ ਕਿਸੇ ਹੱਦ ਤੱਕ ਉਸ ਰਹਿਤਲ ਦਾ ਹਿੱਸਾ ਵੀ ਬਣ ਗਏ ਸੀ ਨਾ। ਮਤਲਬ ਔਰਤਾਂ, ਲੋਕਲ ਔਰਤਾਂ ਨੇ ਉਹਨਾਂ ਨੂੰ ਵਿਆਹ ਕੀਤਾ, ਉੱਥੋਂ ਔਲਾਦ ਵੀ ਹੋਈ, ਉਹ ਸਾਰਾ ਕੁਝ ਹੋਇਆ। ਇਸ ਤੋਂ ਬਾਵਜੂਦ ਉਹ ਉਹਨਾਂ ਨੂੰ ਹੁਣ ਉਸ ਔਰਤ ਨੂੰ ਆਪਣਾ ਬਰਾਬਰ ਨਹੀਂ ਸਮਝਦੇ। ਹਾਂ, ਇਹ ਮੈਂ ਸਟਰਕਚਰ ਵਿੱਚ ਬ੍ਰੇਕ ਹੋ ਗਿਆ। ਮੈਂ ਇਹ ਥੋੜ੍ਹੀ ਜਿਹੀ ਗੱਲ ਅਗਲੇ ਵਾਲੇ ਪ੍ਰੋਗਰਾਮ 'ਚ ਕਰਾਂਗੇ, ਲੇਕਿਨ ਇਹ ਤੁਸੀਂ ਗੱਲ ਬਿਲਕੁਲ ਸਹੀ ਇਸ਼ਾਰਾ ਕੀਤਾ ਹੈ ਕਿ ਇਹ ਜਿਹੜੇ ਆਏ ਆਰੀਆ ਇਹ ਮਰਦ ਸਨ, ਔਰ ਇਹਨਾਂ ਨੇ ਜਿਹੜੀਆਂ ਘਰ ਆਬਾਦ ਕੀਤੇ ਉਹ ਲੋਕਲ ਔਰਤਾਂ ਚੁੱਕ ਕੇ ਕੀਤੇ ਜ਼ਬਰਦਸਤੀ। ਇਸ ਵਾਸਤੇ ਜਿਵੇਂ ਅਸੀਂ ਸ਼ਾਇਦ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਜਿਹੜੇ ਪੁਰਾਣੇ ਆਪਣਾ ਸਾਡੇ ਜਟਕੇ ਲੋਕ ਨੇ ਉਹਨਾਂ ਵਿੱਚ ਜਿਹੜੇ ਵਿਆਹ ਹੁੰਦੇ ਨੇ
ਉਹਨਾਂ ਵਿਆਹਾਂ ਵਿੱਚ ਅਜੇ ਵੀ ਜਿਹੜੀਆਂ ਰਸਮਾਂ ਨੇ ਉਹਨਾਂ ਵਿੱਚ ਪਤਾ ਲੱਗਦਾ ਹੈ ਕਿ ਜਿਵੇਂ ਕੋਈ ਚੁੱਕਣ ਆ ਰਿਹਾ ਕੁੜੀ ਨੂੰ ਔਰ ਤੁਸੀਂ ਉਹਦਾ ਰੋਲ ਕਰਨਾ, ਟ੍ਰੈਡੀਸ਼ਨ ਦਾ ਹਿੱਸਾ ਚੱਲ ਗਿਆ, ਬਿਲਕੁਲ ਠੀਕ ਹੈ ਨਾ। ਸੋ ਲਿਹਾਜ਼ਾ ਇਹ ਹੈ, ਫਿਰ ਇਹ ਹੈ ਕਿ ਇਹਦੇ ਤੋਂ ਇਹ ਵੀ ਹੈ ਕਿ ਵੀ ਜੇ ਔਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਉਹ ਮੁਕਾਮੀ ਸਨ, ਅਤੇ ਇਹ ਵੀ ਵਿੱਚ ਆਉਂਦਾ ਹੈ ਕਿ ਜੀ ਤੁਸੀਂ ਆਪਣੀਆਂ ਬੀਵੀਆਂ ਨਾਲ ਸੰਸਕ੍ਰਿਤ ਨਾ ਬੋਲੋ, ਪਿਓਰ ਪਿਓਰਿਟੀ ਹੈ ਅਤੇ ਉਹ ਵੀ ਨਹੀਂ ਉਹਨਾਂ ਉਹਦੇ ਨਾਲ ਸ਼ੇਅਰ ਉਹ। ਹਾਂ ਹਾਂ ਠੀਕ, ਇਹਦਾ ਮਤਲਬ ਇਹ ਹੈ ਕਿ ਜੇ ਔਰਤਾਂ ਜਿਹੜੀਆਂ ਨੇ ਉਹ ਸੰਸਕ੍ਰਿਤ ਨਹੀਂ ਬੋਲ ਰਹੀਆਂ, ਉਹ ਆਪਣੀ ਦੁਆਨ ਬੋਲ ਰਹੀਆਂ ਨੇ, ਅਤੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਪੈਦਾ ਹੋ ਰਹੇ ਨੇ ਉਹ ਸੰਸਕ੍ਰਿਤ 'ਤੇ ਨਹੀਂ ਫਿਰ ਬੋਲ ਰਹੇ ਹੋਣਗੇ, ਇੱਥੇ ਨੈਚੁਰਲ ਨਹੀਂ ਹੈਗਾ, ਪਿਓ ਦੀ ਜ਼ਬਾਨ 'ਤੇ ਨਹੀਂ ਬੋਲਦੇ, ਮਾਂ ਬੋਲੀ ਮਾਂ ਦੀ ਜ਼ਬਾਨ, ਜਦੋਂ ਬੱਚਾ ਜੰਮਦਾ ਹੈ ਤਾਂ ਮਾਂ ਦੀ ਜ਼ਬਾਨ ਹੀ ਬੋਲੇਗਾ ਨਾ, ਬਿਲਕੁਲ ਠੀਕ ਹੈ। ਇਸ ਵਾਸਤੇ ਇਹ ਕਹਿ ਦੇਣਾ ਕਿ ਜੀ ਜਿਹੜੀ ਸੰਸਕ੍ਰਿਤ ਸੀ ਉਹ ਆ ਕੇ ਅਤੇ ਉਹਨੇ ਮੁਕਾਮੀ ਜ਼ਬਾਨ ਨੂੰ ਬਿਲਕੁਲ ਗੋਲ ਕਰ ਦਿੱਤਾ, ਖਤਮ ਕਰਤਾ, ਇਹ ਥੀਸਿਸ ਬਣਦਾ ਨਹੀਂ ਹੈ। ਉਹ ਤਰੀਕੇ ਨਾਲ ਕੀਤਾ ਨਾ, ਮਤਲਬ ਹੈ ਤਾਂ ਸਹੀ ਨਹੀਂ ਨਹੀਂ ਉਹ ਤਾਂ ਠੀਕ ਹੈ ਉਹਨਾਂ ਨੇ ਆਪਣਾ ਉਹ ਬਣਾਈ ਗਏ, ਲੇਕਿਨ ਜਿਹੜੀ ਮੁਕਾਮੀ ਜ਼ਬਾਨ ਸੀ ਉਹ ਤਾਂ ਜਿਹੜੀ ਕਿਉਂਕਿ ਔਰਤਾਂ ਜਿਹੜੀਆਂ ਨੇ 50% ਤਾਂ ਔਰਤਾਂ ਹੋ ਗਈਆਂ। ਹਾਂ, ਲੇਕਿਨ ਇਹਦੇ 'ਚ ਇਹ ਡਿਫਰੈਂਸ਼ੀਏਟ ਅਸੀਂ ਕਰ ਸਕਦੇ ਹਾਂ ਕਿ ਅਗਰ ਮੇਲ ਏਅਰ ਹੈ ਜਾਂ ਫੀਮੇਲ ਏਅਰ ਹੈ ਤਾਂ ਉਹਦੇ ਨਾਲ ਫਿਰ ਡਿਫਰੈਂਟ ਹੋਏਗਾ, ਕਿ ਅਗਰ ਮੇਲ ਹੈ ਤਾਂ ਉਹਦੇ ਨਾਲ ਬੋਲਿਆ ਜਾ ਸਕਦਾ ਕਿਉਂਕਿ ਉਹਨੇ ਉੱਠਣਾ ਬੈਠਣਾ ਪਿਓ ਦੇ ਨਾਲ, ਔਰ ਅਗਰ ਹਾਂ ਮਤਲਬ ਮੇਲ ਦੇ ਨਾਲ ਤਾਂ ਬੋਲਿਆ ਜਾ ਸਕਦਾ, ਉਹ ਇਸ ਵਾਸਤੇ ਉਹ ਟ੍ਰੇਨਡ ਹੈ, ਉਹਨੂੰ ਫਿਰ ਉਹ ਟ੍ਰੇਨਿੰਗ ਦਵਾਈ ਜਾਂਦੀ ਹੈ ਨਾ। ਇਸ ਵਾਸਤੇ ਤਾਂ ਜਿਹੜੀ ਜੈਂਡਰ ਡਿਸਕ੍ਰਿਮੀਨੇਸ਼ਨ ਵੀ ਆ, ਹਾਂਜੀ, ਇਸੇ ਵਾਸਤੇ ਤਾਂ ਦੇਖੋ ਨਾ ਜਿਹੜੀ ਸੰਸਕ੍ਰਿਤ ਹੈ ਉਹ ਇੱਕ ਆਰਟੀਫਿਸ਼ਲ ਜ਼ਬਾਨ ਬਣ ਗਈ ਨਾ, ਜਿਹੜੀ ਕਿ ਲੋਕਾਂ ਵਿੱਚ ਬੋਲੀ ਨਹੀਂ ਗਈ, ਇਸੇ ਲਈ ਨਾ ਬੋਲੀ ਗਈ। ਹਾਂ, ਮੈਂ ਹੁਣ ਇਹ ਤੁਸੀਂ ਗੱਲ ਸਹੀ ਕੀਤੀ ਹੈ ਜਿਹੜੀ ਕਿ ਔਰਤਾਂ ਜਿਹੜੀਆਂ ਸਨ ਉਹ ਮੁਕਾਮੀ ਸਨ ਔਰ ਇੰਪਾਵਰਡ ਸਨ, ਇੰਪਾਵਰ ਜ਼ਾਹਰ ਗੱਲ ਹੈ ਕਿ ਜਦੋਂ ਤੁਸੀਂ ਜਦੋਂ ਤੁਹਾਡੇ ਘਰ ਔਰਤ ਜਿਹੜੀ ਆ ਉਹ ਮੁਕਾਮੀ ਹੈ ਔਰ ਇੱਕ ਹੋਰ ਕਲਚਰ ਦੀ ਹੈ ਅਤੇ ਤੁਸੀਂ ਉਹਦੇ ਨਾਲ ਕਿੰਨਾ ਕੁ ਲੜੋਗੇ, ਕੁਛ ਤੁਹਾਨੂੰ ਉਹਦੀ ਗੱਲ ਮੰਨਣੀ ਪਏਗੀ। ਇਸ ਵਾਸਤੇ ਜਿਹੜਾ ਨਿਜ਼ਾਮ ਬਣਿਆ ਉਹ ਜਿਹੜਾ ਹੈ ਉਹ ਇੱਕ ਵਿੱਚ ਵਿਚਕਾਰ ਦਾ ਨਿਜ਼ਾਮ ਸੀ, ਮਤਲਬ ਉਹਦੀ ਤੁਸੀਂ ਇੱਕ ਸਬੂਤ ਇਹ ਵੀ ਵੇਖੋ ਕਿ ਜਿਹੜੇ ਇੰਡੋ ਯੂਰੋਪੀਅਨ ਨੇ ਜਿਹੜੇ ਇਹ ਆਰੀਅਨ ਆਏ ਇਹਦੇ ਇਹ ਤਾਂ ਇੰਡੋ ਯੂਰੋਪੀਅਨ ਸਨ ਨਾ, ਜਿਵੇਂ ਅਸੀਂ ਪਹਿਲੇ ਕਿਹਾ ਕਿ ਹਿੱਸਾ ਯੂਰਪ ਚ ਬ੍ਰਾਹਮਣ ਵਗੈਰਾ ਜਿੱਤਣੇ, ਠੀਕ ਹੈ ਨਾ। ਅੱਛਾ, ਜਿਹੜੇ ਇੰਡੋ ਯੂਰੋਪੀਅਨ ਨੇ ਉਹਨਾਂ ਵਿੱਚ ਰਿਸ਼ਤੇਦਾਰੀ ਲਈ ਨਾਂ ਨਹੀਂ ਹੈਗੇ, ਮਤਲਬ ਪਿਓ ਹੈ, ਫਾਦਰ ਹੈ, ਮਦਰ ਹੈ, ਭਰਾ ਹੈ, ਫੁੱਫੀ ਨਹੀਂ ਹੈਗੀ ਤੇ ਤਾਈ ਨਹੀਂ ਹੈਗੀ, ਨਹੀਂ ਬਾਕੀ ਸਾਰੇ ਜਿੰਨੇ ਰਿਸ਼ਤੇ ਨੇ ਜਿੰਨੇ ਵੀ ਬਾਕੀ ਰਿਸ਼ਤੇ ਨੇ ਛੋਟੇ ਛੋਟੇ ਭਾਈ ਭਣਵਈਆ ਭਾਣਜਾ ਭਤੀਜਾ ਭਤੀਜੀ ਪੋਤਾ ਪੋਤਰੀ ਇਹ ਜਿਹੜੀ ਹੈ ਇਹ ਆਈ ਲੋਕਲ ਲੋਕਾਂ ਵੱਲੋਂ, ਇਹਦਾ ਮਤਲਬ ਹੈ ਕਿ ਇਹ ਔਰਤਾਂ ਲੈ ਕੇ ਆਈਆਂ, ਠੀਕ। ਇੱਥੋਂ ਤੱਕ ਤਾਂ ਗੱਲ ਇਹ ਹੋ ਗਈ। ਹੁਣ ਅਸੀਂ ਵਾਪਸ ਜਾਂਦੇ ਹਾਂ ਕਿ ਜਿਹੜੇ ਆਰੀਆ ਨੇ ਉਹ ਜਦੋਂ ਇੱਥੇ ਜਦੋਂ ਆਏ ਔਰ ਉਹਨਾਂ ਨੇ ਸਾਂਝੇ ਕਬੀਲੇ ਦੇ ਤੌਰ ਦੇ ਉੱਤੇ ਆਪਸ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਬਾਕੀ ਲੋਕਾਂ ਨੂੰ ਥੱਲੇ ਲਾ ਕੇ, ਅਤੇ ਉਹਨਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਜਿਹੜੀਆਂ ਬਣੀਆਂ ਜਿਹੜੀਆਂ ਔਰਗਨਾਈਜੇਸ਼ਨਸ ਹਰ ਕਬੀਲੇ ਵਿੱਚ। ਇੱਕ ਉਹ ਸੀ ਜਿਹੜੀ ਕਿ ਮੇਲੇ ਔਰ ਬਾਕੀ ਕਲਚਰਲ ਐਕਟੀਵਿਟੀਜ਼ ਕਰਵਾਉਂਦੀ ਸੀ, ਸਭਾ ਏਰੀਅਨਸ ਦੀ, ਏਰੀਅਨਸ ਦੀ, ਠੀਕ ਹੈ। ਦੂਜੀ ਸੀ ਜਿਹੜੀ ਜੰਗੀ ਮਾਮਲਾ ਦੇ, ਠੀਕ ਹੈ, ਠੀਕ ਹੈ, ਜਿਹੜੀ ਜੰਗ ਦੇ ਨਾਲ ਕਰਦੀ ਸੀ। ਅੱਛਾ, ਲੇਕਿਨ ਹੁੰਦਾ ਇਹ ਸੀ ਕਿ ਜਿਹੜੀ ਜੰਗ ਕਰਨ ਵਾਲੀ ਜਿਹੜੀ ਕੌਂਸਲ ਸੀ ਉਹ ਜਿਹੜੀ ਹੈ ਉਹ ਜੋ ਕੁਛ ਵੀ ਲੁੱਟ ਕੇ ਲਿਆਉਂਦੇ ਸਨ, ਜ਼ਾਹਰ ਗੱਲ ਹੈ ਲੁੱਟਦੇ ਬਹੁਤਾ ਅਤੇ ਉਹ ਆਪਣਾ ਜਿਹੜੇ ਨੇ ਉਹ ਲੋਕਲ ਲੋਕਾਂ ਨੂੰ ਹੀ ਸਨ ਜਿਨ੍ਹਾਂ ਨੂੰ ਅਸੀਂ ਮਲੋਹਾ ਕਹਿ ਰਹੇ ਹਾਂ, ਬਹੁਤ ਤਾਂ ਉਹਨਾਂ ਕੋਲ ਲੁੱਟ ਕੇ ਲਿਆਉਂਦੇ ਸਨ ਅਤੇ ਉਹ ਪੂਰੇ ਕਬੀਲੇ ਵਿੱਚ ਤਕਸੀਮ ਹੁੰਦਾ ਸੀ, ਠੀਕ ਹੈ। ਇਸ ਵਾਸਤੇ ਪੂਰਾ ਕਬੀਲਾ ਜਿਹੜਾ ਹੈ ਉਹ ਦੁਆਵਾਂ ਮੰਗਦਾ ਸੀ ਕਿ ਯਾਲਾ ਇਹ ਆਪਣੀ ਜਿਹੜੀ ਧਾੜਾ ਹੈ ਡਾਕਾ ਮਾਰਨ ਜਾ ਰਹੇ ਨੇ ਇਹਦੇ 'ਚ ਕਾਮਯਾਬ ਹੋ ਜਾਣਾ। ਸੋ ਡਾਕਾ ਵੀ ਇੱਕ ਬੜੀ ਖਾਸ ਚੀਜ਼ ਸੀਗੀ ਕਬੀਲੇ ਲਈ ਕਿਉਂਕਿ ਉਹਦੇ ਵਿੱਚ ਸਮਾਨ ਮਿਲਦਾ ਸੀ। ਲੇਕਿਨ ਹੋਇਆ ਇਹ ਕਿ ਹੌਲੀ ਹੌਲੀ ਜਿਹੜਾ ਹੈ ਉਹ ਜਿਹੜੀ ਜੰਗ ਵਾਲੀ ਕੌਂਸਲ ਸੀ ਮਲੇਸ਼ੀਆ ਜਿਹੜੀ ਸੀ ਉਹਨਾਂ ਨੇ ਕਿਹਾ ਕੰਮ ਅਸੀਂ ਕਰਨੇ ਆ ਤੇ ਤੁਹਾਨੂੰ ਕਿਉਂ ਦਈਏ। ਹਾਂ, ਉਹਨਾਂ ਨੇ ਫਿਰ ਕਿਹਾ, ਉਹਨਾਂ ਕਿਹਾ ਜੀ ਇਹ ਲਾ ਮਾਲ ਤਾਂ ਅਸੀਂ ਲੁੱਟਣੇ ਆ ਅਤੇ ਤੁਹਾਨੂੰ ਕਿਉਂ ਦਈਏ। ਉਹਨਾਂ ਨੇ ਮਾਲ ਆਪ ਰੱਖਣਾ ਸ਼ੁਰੂ ਕਰਤਾ। ਹੌਲੀ ਹੌਲੀ ਉਹ ਜਿਹੜੇ ਮਾਰਾਮਾਰੀ ਕਰਨ ਵਾਲੇ ਸਨ ਉਹ ਇੱਕ ਵੱਖਰੀ ਜ਼ਾਤ ਬਣ ਗਏ
ਔਰ ਉਹਨਾਂ ਨੇ ਉਹਨਾਂ ਨੂੰ ਖੱਤਰੀ ਬਾਅਦ ਜਿਹਨਾਂ ਨੂੰ ਖਸ਼ਤਰੀ ਕਿਹਾ ਜਾਂਦਾ ਉਹ ਖਸ਼ਤਰੀ ਬਣ ਗਏ ਅਤੇ ਜਿਹੜੀ ਆਪਣਾ ਜਿਹੜੀ 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 ਰਾਜਾ ਸੀ ਜਿਹੜਾ ਕਿ ਪਹਿਲੇ ਸਾਂਝੇ ਨਿਜ਼ਾਮ ਵਿੱਚ ਇਲੈਕਟ ਹੁੰਦਾ ਸੀ ਉਹਨੂੰ ਚੁਣਿਆ ਜਾਂਦਾ ਸੀ ਉਹ ਫਿਰ ਖਾਨਦਾਨੀ ਹੋ ਗਿਆ ਇਸ ਵਾਸਤੇ ਪੂਰਾ ਇੱਕ ਕਲਾਸ ਦਾ ਨਿਜ਼ਾਮ ਜਿਹੜਾ ਉਹ ਆ ਗਿਆ ਅਤੇ ਇਹ ਤੁਸੀਂ ਵੇਖੋ ਕਿ ਜਦੋਂ ਇਹ ਆਰੀਆ ਆ ਗਏ ਇੱਥੇ ਔਰ ਇਹ ਵੀ ਸਾਨੂੰ ਦੱਸ ਚੁੱਕੇ ਹਾਂ ਕਿਵੇਂ ਆਏ ਕਿਉਂਕਿ ਉਹਨਾਂ ਕੋਲ ਘੋੜੇ ਸਨ ਇਹ ਸਨ ਉਹ ਸਨ ਸਾਰੀ ਅਸੀਂ ਗੱਲ ਦੱਸ ਚੁੱਕੇ ਹਾਂ ਔਰ ਕਲਾਸ ਦਾ ਨਿਜ਼ਾਮ ਆ ਗਿਆ ਔਰ ਛੋਟੀਆਂ ਛੋਟੀਆਂ ਬਾਦਸ਼ਾਹੀਆਂ ਕਾਇਮ ਹੋਣੀਆਂ ਸ਼ੁਰੂ ਹੋ ਗਈਆਂ ਮਤਲਬ ਜਦੋਂ ਇੱਕ ਕਬੀਲਾ ਜਿਹੜਾ ਹੈ ਉਹਨੇ ਦੂਜੇ ਨੂੰ ਲੁੱਟਿਆ ਠੀਕ ਆਪਣੇ ਰਾਜਾ ਨੇ ਉਸ ਕਬੀਲੇ ਦੇ ਲੋਕਾਂ ਨੂੰ ਵੀ ਗੁਲਾਮ ਕਰ ਲਿਆ ਜਾਂ ਆਪਣੇ ਨਾਲ ਮਿਲਾ ਲਿਆ ਵਗੈਰਾ ਵਗੈਰਾ ਠੀਕ ਹੈ ਨਾ ਜੀ ਅਤੇ ਇਸ ਲਈ ਇਹ ਜਿਹੜੀ ਜਿਹੜੀ ਸੁਸਾਇਟੀ ਬਣੀ ਜਿਹੜੀ ਸੁਸਾਇਟੀ ਬਣੀ ਉਹਦੇ 'ਚ ਛੋਟੀਆਂ ਛੋਟੀਆਂ ਬਾਦਸ਼ਾਹੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਨ ਪਰ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਇਹ ਇਸ ਤਰ੍ਹਾਂ ਦੀਆਂ ਸਨ ਕਿ ਅਗਰ ਤੁਸੀਂ ਵੇਖੋ ਉਸੇ ਹੀ ਇਹ ਕੋਈ ਆਏ ਜਿਹੜੇ ਆਰੀਆ ਨੇ ਇਹ ਕੋਈ ਆਏ 1500 ਔਰ 1300 ਕਬਲ ਮਸੀਹ ਦੇ ਵਿੱਚ ਆਉਣ ਠੀਕ ਹੈ ਠੀਕ ਹੈ ਇਹਦੇ ਉਦੋਂ ਆਏ ਕੋਈ 700-800 ਸਾਲਾਂ 'ਚ ਅਗਲੇ 700-800 ਸਾਲਾਂ 'ਚ ਜਿਹੜਾ ਹੈ ਉਹ ਬਾਹਰੋਂ ਹਮਲੇ ਹੋਣੇ ਸ਼ੁਰੂ ਹੋ ਗਏ ਠੀਕ ਮਤਲਬ ਪਹਿਲੇ ਆਪਣਾ ਇਰਾਨੀਆਂ ਦੇ ਹੋਏ ਫਿਰ ਸਿਕੰਦਰ ਦਾ ਆਇਆ ਜਿਹਦੀ ਅਸੀਂ ਗੱਲ ਬਾਅਦ 'ਚ ਤੀਸਰੇ ਚੌਥੇ ਪ੍ਰੋਗਰਾਮ 'ਚ ਕਰਾਂਗੇ ਲੇਕਿਨ ਇਹ ਹੈ ਕਿ ਇਹਦਾ ਮਤਲਬ ਔਰ ਇਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ ਆਰੀਆ ਲਾਜ਼ਮੀ ਗੱਲ ਹੈ ਠੀਕ ਹੈ ਨਾ ਉਹਦੀ ਵਜ੍ਹਾ ਇਹ ਸੀ ਕਿ ਇਹਨਾਂ ਨੇ ਜਿਹੜਾ ਰੰਗ ਦੇ ਉੱਤੇ ਬੁਨਿਆਦ 'ਤੇ ਕਲਾਸ ਦੀ ਬੁਨਿਆਦ ਦੇ ਉੱਤੇ ਜਿਹੜਾ ਸਿਸਟਮ ਕ੍ਰੀਏਟ ਕਰਨਾ ਸ਼ੁਰੂ ਕੀਤਾ ਸੀ ਉਹ ਸਿਸਟਮ ਐਸਾ ਰੱਦੀ ਸਿਸਟਮ ਸੀ ਐਸਾ ਗੰਦਾ ਸਿਸਟਮ ਸੀ ਕਿ ਲੋਕ ਬਾਹਰ ਵਾਲਿਆਂ ਨਾਲ ਲੜਨ ਲਈ ਤਿਆਰ ਨਹੀਂ ਸਨ ਇਸ ਵਾਸਤੇ ਜਿਹਦਾ ਵੀ ਦਿਲ ਕਰਦਾ ਸੀ ਬਾਹਰੋਂ ਉੱਠ ਕੇ ਆਉਂਦਾ ਸੀ ਔਰ ਇਹਨਾਂ ਨੂੰ ਫਤਿਹ ਕਰ ਲੈਂਦਾ ਸੀ ਪਲੱਸ ਹੈ ਕਿ ਉਸ ਕਲਾਸ ਨੇ ਜਿਹੜੀ ਕਿ ਮਲੇਸ਼ੀਆ ਦੀ ਕਲਾਸ ਬਣੀ ਹੈ ਉਹਦੇ 'ਚ ਵੀ ਹੋਰ ਉਹਨੂੰ ਇੱਕ ਸੁਪੀਰੀਅਰ ਕਿਸਮ ਦਾ ਸਕਿੱਲ ਉਹਨੂੰ ਸਮਝਣਾ ਸ਼ੁਰੂ ਕਰਤਾ ਕਿ ਇਹ ਸਿਰਫ ਅਸੀਂ ਕਰ ਸਕਦੇ ਹਾਂ ਔਰ ਅਸੀਂ ਕਰਾਂਗੇ ਔਰ ਅਸੀਂ ਖਾਵਾਂਗੇ ਤਾਂ ਉਹ ਖਾਣ ਨਾਲ ਧਿਆਨ ਬਹੁਤਾ ਚਲਾ ਗਿਆ ਅਤੇ ਜਿਹੜੀ ਸਕਿੱਲ ਸੀ ਹਾਂ ਦੂਜੀ ਪ੍ਰੋਫੈਸ਼ਨਲਿਜ਼ਮ ਸੀ ਉਹ ਖਤਮ ਹੋ ਗਿਆ ਹਾਂ ਦੂਜੀ ਜਿਹੜੀ ਗੱਲ ਇਹ ਹੈ ਉਹ ਇਹ ਹੈ ਕਿ ਇਹਦੇ ਨਾਲ ਨਾਲ ਜਦੋਂ ਇਹ ਰਾਜੇ ਬਣ ਰਹੇ ਸਨ ਇਹਦੇ ਨਾਲ ਨਾਲ ਇਹ ਹੋਇਆ ਕਿ ਜਿਹੜਾ ਇਬਾਦਤ ਕਰਨ ਦਾ ਸਿਸਟਮ ਸੀ ਜਿਹੜਾ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਮਜ਼ਹਬ ਕਿਵੇਂ ਬਣਿਆ ਜਿਹੜਾ ਇਬਾਦਤ ਕਰਨ ਦਾ ਸਿਸਟਮ ਸੀ ਪਹਿਲੇ ਤਾਂ ਵੱਡਾ ਕਰਦਾ ਸੀ ਘਰ ਦਾ ਜਿਹੜਾ ਬਜ਼ੁਰਗ ਹੁੰਦਾ ਸੀ ਬਹੁਤ ਸਾਰੇ ਵੱਡੇ ਹੋ ਗਏ ਨਾ ਹੁਣ ਹੁਣ ਜਦੋਂ ਹੁਣ ਜਦੋਂ ਉਦੋਂ ਤਾਂ ਸਾਰੇ ਇੱਕੋ ਜਿਹੇ ਸਨ ਜਦੋਂ ਰਾਜੇ ਬਣ ਗਏ ਉਹਨਾਂ ਨੇ ਫਿਰ ਉਹਨੂੰ ਕਹਿੰਦੇ ਨੇ ਉਹ ਇਬਾਦਤ ਕਰਨ ਨੂੰ ਕਹਿੰਦੇ ਨੇ ਯੱਜ ਕਰਨਾ ਅਤੇ ਜਿਹੜੇ ਆਪਣਾ ਰਾਜੇ ਬਣ ਗਏ ਉੱਪਰ ਵਾਲੀ ਕਲਾਸ ਚਲ ਗਏ ਤਾਂ ਉਹਨਾਂ ਨੇ ਬਾਕੀਆਂ ਨੂੰ ਥੱਲੇ ਲਾ ਲਿਆ ਅਤੇ ਉਹਨਾਂ ਨੇ ਯੱਜ ਕਰਵਾਉਣ ਦਾ ਕੰਮ ਖਾਨ ਬਜ਼ੁਰਗਾਂ ਬਜ਼ੁਰਗਾਂ ਕੋਲੋਂ ਕਰਵਾਉਣ ਦੀ ਬਜਾਏ ਉਹਨਾਂ ਨੇ ਪ੍ਰੋਫੈਸ਼ਨਲ ਲੋਕਾਂ ਕੋਲੋਂ ਕਰਵਾਉਣਾ ਸ਼ੁਰੂ ਕੀਤਾ ਠੀਕ ਹੈ ਠੀਕ ਹੈ ਇੱਕ ਹੋਰ ਨਵੀਂ ਕਲਾਸ ਆ ਗਈ ਇੱਕ ਹਾਂ ਉਹ ਹੁਣ ਤੁਸੀਂ ਦੇਖੋ ਉਹ ਦਿਲਚਸਪ ਤੌਰ 'ਤੇ ਅਸੀਂ ਗੱਲ ਕਰਾਂਗੇ ਕਿ ਜਿਹੜੇ ਪੰਜਾਬ ਦੇ ਮਰਾਸੀ ਨੇ ਜਿਹੜੇ ਪੰਜਾਬ ਦੇ ਮਰਾਸੀ ਨੇ ਸਿਰਫ ਉਹ ਨੇ ਜਿਹੜੇ ਕਿ ਸਾਹਿਬ ਮਲਕੀਅਤ ਲੋਕਾਂ ਨੂੰ ਯਜਮਾਨ ਕਹਿੰਦੇ ਨੇ ਹੋਰ ਕੋਈ ਬੰਦਾ ਯਜਮਾਨ ਨਹੀਂ ਕਹਿੰਦਾ ਯੱਜ ਤੋਂ ਕਿਉਂਕਿ ਜਿਹੜੇ ਯੱਜ ਕਰਵਾਉਣ ਵਾਲੇ ਸਨ ਉਹ ਯਜਮਾਨ ਹੋ ਗਏ ਜਿਹੜੇ ਯੱਜ ਕਰਨ ਵਾਲੇ ਸਨ ਉਹ ਇਹ ਮਰਾਸੀ ਹੋ ਗਏ ਇਹ ਜਿਹੜੇ ਔਰ ਇਹ ਹੜੱਪਾ ਦੇ ਲੋਕ ਸਨ ਔਰ ਇਹ ਜ਼ਾਹਰ ਗੱਲ ਹੈ ਕਿ ਚੂੰਕਿ ਇਹ ਮੌਸੀਕੀ ਵਿੱਚ ਔਰ ਬਾਕੀ ਚੀਜ਼ਾਂ ਦੇ ਵਿੱਚ ਇਹ ਬਹੁਤ ਅੱਗੇ ਸਨ ਅਤੇ ਲਾਦਾ ਉਹ ਜਿਹੜਾ ਕੰਮ ਮਾੜਾ ਮੋਟਾ ਆਰੀਆ ਦੇ ਬਜ਼ੁਰਗ ਜਿਹੜੇ ਨੇ ਉਹ ਐਵੇਂ ਕਰਦੇ ਸਨ ਜ਼ਾਹਰ ਗੱਲ ਹੈ ਇਹ ਪ੍ਰੋਫੈਸ਼ਨਲ ਲੋਕ ਸਨ ਟ੍ਰੇਨਡ ਲੋਕ ਸਨ ਇਹਨਾਂ ਨੂੰ ਗਾਣਾ ਆਉਂਦਾ ਸੀ ਇਹਨਾਂ ਨੂੰ ਸਾਧ ਆਉਂਦੇ ਸਨ ਇਹਨਾਂ ਦੇ ਮੁਕਾਬਲੇ 'ਚ ਨਹੀਂ ਸੀ ਕਰ ਸਕਦੇ ਲਾਦਾ ਇਹਨਾਂ ਨੇ ਫਿਰ ਉਹ ਪੇਸ਼ਾ ਜਿਹੜਾ ਉਹ ਲੈ ਲਿਆ ਔਰ ਮੌਸੀਕੀ ਦੀ ਇਬਤਦਾ ਵੀ ਜਿਹੜੀ ਅਸੀਂ ਫਿਰ ਬਾਅਦ 'ਚ ਦੱਸਾਂਗੇ ਕਿ ਕਿਵੇਂ ਕਿਵੇਂ ਹੋਈ ਔਰ ਕਿਵੇਂ ਕਿਵੇਂ ਅੱਗੇ ਵਧੀ ਸੋ ਲਿਹਾਜ਼ਾ ਇਹ ਗੱਲ ਸਾਬਤ ਹੋ ਗਈ ਕਿ ਜਿਹੜੇ ਆਰੀਆ ਆਏ ਸਨ ਉਹ ਕਿਸ ਹਾਲਤ 'ਚ ਸਨ ਜਿਹੜੇ ਮੁਕਾਮੀ ਲੋਕ ਸਨ ਉਹ ਕਿਸ ਹਾਲਤ ਸਨ ਇਹ ਅਸੀਂ ਸਾਰੀ ਗੱਲ ਕਰ ਲਈ ਹੁਣ ਇਸ ਉੱਤੇ ਕੋਈ ਹੋਰ ਅਗਰ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ ਤਾਂ ਪੁੱਛ ਲਓ ਮੇਰੇ ਖਿਆਲ ਹੈ ਕਿ ਅਸੀਂ ਜਦੋਂ ਅੱਗੇ ਗੱਲ ਕਰਾਂਗੇ ਨਾ ਮਜ਼ਹਬ ਦੇ ਹਵਾਲੇ ਵੀ ਨਾਲ ਔਰ ਫਿਰ ਮਿਊਜ਼ਿਕ ਦੇ ਹਵਾਲੇ 'ਚ ਹੋਰ ਮਜ਼ੀਦ ਗੱਲਾਂ ਖੁੱਲ੍ਹਣਗੀਆਂ ਇਹ ਜਿਹੜੇ ਇਹਨਾਂ ਦੇ ਆਰੀਅਨਸ ਦੇ ਆਉਣ ਦਾ ਔਰ ਹੜੱਪਾ ਦੀ ਰਹਿਤਲ ਦਾ ਔਰ ਜੋ ਅਸੀਂ ਦੇਖ ਲਿਆ ਹੈ ਕਿ
कितने डिवेलप्ड सन और उसके बाद किस तरह सिस्टम स्ट्रक्चर टुटना शुरू होया है, जो कि हुन रीसेंट हिस्ट्री सानू नज़र आ जाता पीछे देखिए थे जी, जो हाले भी एग्जिस्ट कर रहे हैं इन इट्स वर्स्ट फॉर्म, लेकिन है सही। तो इतने गल रोक लें, फिर अगले प्रोग्राम तो बाकी मजीद फरोल लें ठीक।